ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਆਈ ਹੋਪ ਯੂ ਆਰ ਵੇਟਿੰਗ ਫੋਰ ਮੀ। ਆਈ ਨੋ ਤੁਸੀਂ ਰਿਕਾਰਡਡ ਸ਼ੋਜ਼ ਦੇਖੇ ਹੈ ਐਂਡ ਅੱਜ ਲਾਈਵ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਰਾਈਟ ਫਰੋਮ ਇੰਡੀਆ ਸਟੂਡੀਓ। ਸੋ ਪਲੀਜ਼ ਇਕੱਠੇ ਹੋ ਕੇ ਬੈਠ ਜਾਓ। ਬੜੀਆਂ ਸਾਰੀਆਂ ਗੱਲਾਂ ਕਰਨ ਵਾਲੀਆਂ ਐਂਡ ਖੂਬ ਘੁੰਮ ਕੇ ਆਈ ਹਾਂ ਐਂਡ ਬੜੀਆਂ ਸਾਰੀਆਂ ਹੋਰ ਵੀ ਗੱਲਾਂ ਕਰਨ ਵਾਲੀਆਂ। ਬਟ ਦ ਫਨੀ ਪਾਰਟ ਇਜ਼ ਕਿ ਜਿਹੜਾ ਸਾਡਾ ਗੱਲਬਾਤ ਦਾ ਇੱਕ ਤਰ੍ਹਾਂ ਨਾਲ ਕਹਿੰਦੇ ਨਾ ਚਾਮ ਔਰ ਇੱਕ ਅਸਰ ਹੈ, ਉਹ ਬੜੀ ਦੂਰ ਦੂਰ ਤੱਕ ਫੈਲਿਆ ਹੋਇਆ। ਦੁਬਈ ਮੈਨੂੰ ਕੋਈ ਮਿਲੇ ਜਿਹੜੇ ਕਿ ਸਾਡਾ ਗੱਲਬਾਤ ਵਾਚ ਕਰਦੇ ਨੇ। ਕੈਨ ਯੂ ਬਿਲੀਵ ਦਿਸ? ਗੱਲਬਾਤ ਵਾਚ ਕਰਦੇ ਨੇ ਯੂਟਿਊਬ ਤੋਂ ਵੀ, ਔਰ ਬੜੀ ਦੇਰ ਉਹ US ਕਿਸੇ ਆਪਣੀ ਡਾਟਰ ਦੇ ਕੋਲ ਰਹਿ ਕੇ ਆਏ ਹਨ ਅਤੇ ਉਹ ਗੁਰਦੁਆਰੇ ਮਿਲ ਗਏ ਅਤੇ ਕਹਿੰਦੇ ਨੇ ਜੀ ਕਿ ਅਸੀਂ ਗੱਲਬਾਤ ਦੇਖਦੇ ਰਹੇ ਹਾਂ, ਪਛਾਣ ਕੇ ਮੇਰੇ ਕੋਲ ਆ ਗਏ। ਸੋ ਆਈ ਦੈਟ ਵਾਜ਼ ਲਾਈਕ ਟ੍ਰੀਟ ਫੋਰ ਮੀ ਟੋਟਲੀ। ਸੋ ਥੈਂਕ ਯੂ ਸੋ ਮੱਚ ਕਿ ਇੰਨਾ ਪਿਆਰ ਦਿੰਦੇ ਹੋ। ਅੱਜ ਇੱਕ ਹੋਰ ਜਿਹੜੇ ਜਿਸ ਤਰ੍ਹਾਂ ਸਾਡਾ ਸਟਰਕਚਰ ਹੈਗਾ ਇਸ ਗੱਲਬਾਤ ਦਾ, ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇ ਦਾਂ ਕਿ ਇੰਡੀਆ ਸਟੂਡੀਓ ਤੋਂ ਵੈਨਸਡੇਜ਼ ਨੂੰ ਅਸੀਂ ਖਾਸ ਤੌਰ 'ਤੇ ਮੋਟੀਵੇਸ਼ਨਲ ਸਪੀਕਰਸ ਜਿਹੜੇ ਹੈਗੇ ਨੇ ਔਰ ਹੀਲਰਸ, ਉਹਨਾਂ ਨੂੰ ਲੈ ਕੇ ਆਵਾਂਗੇ। ਸੋ ਬੜਾ ਇੱਕ ਸਪੈਸ਼ਲ ਨਵੰਬਰ ਦਾ ਮੰਥ ਹੈਗਾ ਜਿਹੜਾ ਅਸੀਂ ਇੱਥੇ ਸੈਲੀਬ੍ਰੇਟ ਕਰਨ ਵਾਲੇ ਹਾਂ, ਹੀਲਿੰਗ ਅਤੇ ਮੋਟੀਵੇਸ਼ਨ ਦਾ। ਆਪਣੇ ਯੰਗਸਟਰਸ ਨੂੰ ਵੀ ਦੱਸਿਓ, ਦਿਖਾਇਓ, ਭਾਵੇਂ ਲਾਈਵ ਲੈ ਕੇ ਆਇਓ, ਭਾਵੇਂ ਯੂ ਨੋ ਲੇਟਰ ਉਹਨਾਂ ਨੂੰ ਇਨਵੋਲਵ ਕਰਿਓ, ਜ਼ਰੂਰ ਦਿਖਾਇਓ। ਐਂਡ ਕਮੈਂਟਸ ਜ਼ਰੂਰ ਸਾਨੂੰ ਫੀਡਬੈਕ ਭੇਜਿਓ ਕਿ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ। ਚੰਡੀਗੜ੍ਹ ਦੇ ਵਿੱਚ ਮੁਲਾਕਾਤ ਹੋਈ ਕਿਸੇ ਫਰੈਂਡ ਦੇ ਥਰੂ ਇੱਕ ਲੇਡੀ ਨਾਲ, ਯੂ ਨੋ ਕਪਲ ਆਫ ਡੇਜ਼ ਪਹਿਲੇ। ਐਂਡ ਸਾਰਾ ਉਹਨਾਂ ਨੇ ਇੰਟਰੋਡਿਊਸ ਕੀਤਾ ਵੀ ਅਸੀਂ ਇਸ ਤਰ੍ਹਾਂ ਦਾ ਕੁਛ ਪਰਿਵਾਰ ਕ੍ਰੀਏਟ ਕੀਤਾ ਹੋਇਆ ਹੈ। ਅਤੇ ਉਹ ਕੁੜੀ ਦੀਆਂ ਅੱਖਾਂ 'ਚੋਂ ਆਂਸੂ ਕਿ ਇੱਥੇ ਕਿਉਂ ਨਹੀਂ ਹੁੰਦਾ ਇਸ ਤਰ੍ਹਾਂ ਕੁਛ, ਕੋਈ ਡਿਫਰੈਂਟ ਚੈਨਲਸ 'ਤੇ ਹੋਰ ਕਿਉਂ ਨਹੀਂ ਹੁੰਦਾ ਕਿ ਸਾਡੇ ਨਾਲ ਗੱਲ ਕਰੇ ਕੋਈ। ਸੋ ਇਹ ਸਰ ਤੁਸੀਂ ਆਪਣੀ ਗੱਲ ਕਰੋ, ਸਾਡਾ ਗੱਲਬਾਤ ਦਾ ਪਰਿਵਾਰ ਬਹੁਤ ਵੈਲਕਮਿੰਗ ਹੈ, ਬਹੁਤ ਇਨਕਲੂਸਿਵ ਹੈ। ਸੋ ਇਹ ਨਹੀਂ ਹੈ ਕਿ ਹਾਂਜੀ ਅਸੀਂ ਕਿੱਥੇ ਰਹਿ ਰਹੇ ਹਾਂ, ਵੀ ਡੋਂਟ ਡੂ ਐਨੀ ਡਿਸਕ੍ਰਿਮੀਨੇਸ਼ਨ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਤਾਂ ਤੁਹਾਡਾ ਸਵਾਲ ਨਹੀਂ ਆ ਸਕਦਾ। ਸੋ ਸ਼ੀ ਸੇਜ਼ ਕਿ ਉਹ ਪੰਜਾਬ ਤੋਂ ਹੈ। ਸੋ ਲੈਟ ਮੀ ਜਸਟ ਸ਼ੇਅਰ, ਪਹਿਲੇ ਤੁਸੀਂ ਸਾਰੇ ਇਨਵੋਲਵ ਜ਼ਰੂਰ ਹੋ ਜਾਓ ਇਸ ਤੋਂ ਪਹਿਲੇ ਕਿ ਯੂ ਨੋ ਮੈਂ ਹੋਰ ਗੱਲਾਂ ਕਰਾਂ। ਮੈਂ ਵਿੱਚ ਤੁਹਾਨੂੰ ਹੋਰ ਵੀ ਦੱਸਦੀ ਰਹਾਂਗੀ ਜਦੋਂ ਮੈਂ ਕਿੱਥੋਂ ਸਫ਼ਰ ਕਰਕੇ ਆ ਰਹੀ ਹਾਂ, ਕਿੱਥੇ ਕਿੱਥੇ ਮੈਨੂੰ ਤੁਹਾਡੀ ਯਾਦ ਬਹੁਤ ਜ਼ਿਆਦਾ ਆਈ। ਪਰ ਇਸ ਲੇਡੀ ਦੀ ਗੱਲ ਮੈਂ ਜ਼ਰੂਰ ਸ਼ੇਅਰ ਕਰਾਂ ਕਿ ਦਿਨ ਕਿ ਮੇਰਾ ਮੈਂ ਬੜੀ ਦਿਲੋਂ ਨਾ ਭਰੀ ਹੋਈ ਹਾਂ ਕਿ ਸਾਰਾ ਕੁਛ ਜਿਹੜਾ ਜਿੱਥੇ ਮੈਂ ਜੰਮੀ, ਜਿੱਥੇ ਮੈਂ ਯੂ ਨੋ ਆਪਣਾ ਬਹੁਤ ਸਾਰੇ ਸਾਲ ਬਿਤਾਏ, ਵਿਆਹੀ, ਉਹ ਮੈਂ ਸ਼ਹਿਰ ਛੋੜ ਕੇ ਚੰਡੀਗੜ੍ਹ ਆ ਗਈ ਹਾਂ। ਪੰਜਾਬ ਦਾ ਇੱਕ ਸ਼ਹਿਰ ਦਾ ਨਾਮ ਲੈ ਰਹੇ ਸੀ ਕਿ ਮੈਂ ਉੱਥੋਂ ਦੀ ਹੈਗੀ ਹਾਂ, ਬਟ ਦਿਲ ਬੜਾ ਟੁੱਟ ਗਿਆ। ਪਰਿਵਾਰ ਸਾਰੇ ਯੂ ਨੋ ਕਲੋਜ਼ ਵਨ ਸਾਰੇ ਉੱਥੇ ਨੇ। ਬਈ ਕਿਉਂ ਆਏ ਹੋ, ਕੋਈ ਖਾਸ ਵਜ੍ਹਾ, ਕੰਮਾਂ ਦੇ ਪਿੱਛੇ ਆਏ ਹੋ, ਕਿਉਂ ਆਏ ਹੋ? ਕਹਿੰਦੇ ਨਹੀਂ, ਕੰਮ ਤਾਂ ਸਗੋਂ ਜਿਹੜੀ ਮੈਂ ਜੋਬ ਕਰ ਰਹੀ ਸੀ ਉਸ ਤੋਂ ਥੱਲੇ ਜੋਬ, ਨੀਵੀਂ ਜੋਬ ਲੈ ਕੇ, ਮਤਲਬ ਘੱਟ ਪੈਸਿਆਂ ਵਾਲੀ ਜੋਬ ਲੈ ਕੇ ਮੈਂ ਇੱਥੇ ਸ਼ਿਫਟ ਹੋ ਗਈ ਹਾਂ ਕਿਉਂਕਿ ਮੇਰਾ ਮਨ ਉਖੜ ਗਿਆ। ਕਿਉਂ ਮਨ ਉਖੜਿਆ? ਸ਼ੇਅਰ ਕਰਦੇ ਨੇ, ਕਹਿੰਦੇ ਨੇ ਕਿ ਪੇਰੈਂਟਸ, ਉਹ ਯੰਗੈਸਟ ਤਿੰਨ ਬੱਚਿਆਂ 'ਚੋਂ ਯੰਗੈਸਟ ਨੇ ਇਸ ਵੇਲੇ, ਉਹ 38 ਈਅਰਸ ਓਲਡ ਨੇ। ਸੋ ਵੱਡਾ ਭਰਾ, ਫਿਰ ਸਿਸਟਰ ਅਤੇ ਫਿਰ ਇਹ। ਕਹਿੰਦੇ ਵੱਡਾ ਭਰਾ ਆਪਣੀ ਮਸਤੀ 'ਚ ਸੀ ਹਮੇਸ਼ਾ ਤੋਂ, ਭੈਣਾਂ ਨੇ ਮਾਂ ਪਿਓ ਦਾ ਪੂਰਾ ਧਿਆਨ ਰੱਖਿਆ ਹਮੇਸ਼ਾ। ਸੋ ਫਿਰ ਸਭ ਦੇ ਵਿਆਹ ਹੋ ਗਏ। ਜਿਹੜੀ ਸਿਸਟਰ ਵੱਡੀ ਇਹਨਾਂ ਤੋਂ, ਉਹ ਕਿਤੇ ਦੂਰ ਸੈਟਲ ਹੋਈ ਹੈ। ਇਹਨਾਂ ਦਾ ਵਿਆਹ ਕਿਤੇ ਉਸੇ ਸ਼ਹਿਰ 'ਚ ਹੋਇਆ ਬਟ ਕਾਫੀ ਦੂਰ। ਕਹਿੰਦੇ ਮਾਂ ਪਿਓ ਢਿੱਲੇ ਰਹਿਣ ਲੱਗ ਗਏ। ਬ੍ਰਦਰ ਵੀ ਸੀਗਾ, ਨੇੜੇ ਸੀਗਾ, ਬਿਲਕੁਲ ਕੋਲ ਉਹਨਾਂ ਦੇ ਘਰ ਰਹਿੰਦਾ ਸੀ। ਫਿਰ ਵੀ ਮੈਨੂੰ ਉਹਨਾਂ ਦਾ ਫਿਕਰ ਰਹਿਣਾ ਕਿਉਂਕਿ ਪਤਾ ਸੀ ਕਿ ਸ਼ੁਰੂ ਤੋਂ ਹੀ ਬ੍ਰਦਰ ਨੇ ਕਦੀ ਬਹੁਤਾ ਜ਼ਿਆਦਾ ਪੇਰੈਂਟਸ ਵੱਲ ਧਿਆਨ ਨਹੀਂ ਦਿੱਤਾ। ਵਿਆਹ ਤੋਂ ਬਾਅਦ ਕੁਛ ਹੋਰ ਇਸ਼ੂਜ਼ ਵੀ ਯੂ ਨੋ ਭਰਜਾਈ ਨਾਲ ਪੇਰੈਂਟਸ ਦੇ ਹੁੰਦੇ ਰਹੇ, ਜਿਹੜਾ ਕਿ ਮੈਂ ਬੜਾ ਸਮਝਾਉਣਾ ਕਿ ਯੂ ਨੋ ਚੇਂਜ ਕਰੋ ਆਪਣੇ ਆਪ ਨੂੰ, ਉਹਦੀ ਹੁਣ ਲਾਈਫ ਹੈ, ਤੁਸੀਂ ਥੋੜ੍ਹਾ ਨਰਮ ਪੈ ਜਾਓ। ਬਟ ਬਿਸਾਈਡਸ ਦੈਟ ਕਿ ਉਹਨਾਂ ਦਾ ਜਿਹੜਾ ਧਿਆਨ ਰੱਖਣਾ, ਉਹ ਕਦੀ ਢਿੱਲੇ ਮੱਠੇ ਹੋਣੇ, ਬਿਮਾਰ ਹੋਣੇ, ਅਤੇ ਸਭ ਕੁਛ ਇਹਨਾਂ ਨੇ ਦੇਖਣਾ। ਕਹਿੰਦੇ ਟੂ ਐਨ ਐਕਸਟੈਂਟ ਕਿ ਮੈਂ ਆਪਣੇ ਯੂ ਨੋ ਹਸਬੈਂਡ ਨੂੰ ਮਨਾਇਆ ਕਿ ਨਹੀਂ, ਅਸੀਂ ਬੜੇ ਦੂਰ ਹਾਂ, ਮੈਨੂੰ ਜਾਣਾ ਆਉਣਾ ਪੈਂਦਾ, ਮੈਂ ਨੇੜੇ ਲੈ ਲਾਂ ਤਾਂ ਕਿ ਮੈਂ ਹੋਰ ਕੰਫਰਟੇਬਲੀ ਜੋਬ ਦੇ ਨਾਲ ਉਹਨਾਂ ਦਾ ਧਿਆਨ ਰੱਖ ਸਕਾਂ। ਸੋ ਮੈਂ ਉਹਨਾਂ ਦੇ ਨੇੜੇ ਘਰ ਲੈ ਲਿਆ। ਮੇਰੇ ਹਸਬੈਂਡ ਵੀ ਬੜੇ ਸਪੋਰਟਿਵ ਸੀਗੇ, ਉਹ ਵੀ ਪੂਰੀ ਤਰ੍ਹਾਂ ਧਿਆਨ ਰੱਖਦੇ ਸੀ। ਉਸ ਤੋਂ ਬਾਅਦ ਕੁਛ ਸਾਲ ਪਹਿਲੇ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਕਿਸੇ ਐਕਸੀਡੈਂਟ ਦੇ ਵਿੱਚ, ਅਤੇ ਜਿਹੜਾ ਕੋਈ ਬੱਚਾ ਨਹੀਂ ਹੈ ਉਹਨਾਂ ਦਾ।
ਸੋ ਉਹ ਜਿਹੜੀ ਨਿਊ ਸੀਗੀ ਵਾਈਫ ਸੀ ਉਹਨਾਂ ਦੀ, ਉਹਨਾਂ ਨੇ ਕੋਈ ਦੂਸਰੀ ਵਿਆਹ ਕਰਾ ਲਿਆ, ਉਹ ਚਲੇ ਗਏ। ਹੁਣ ਕਹਿੰਦੇ ਮੈਨੂੰ ਲੱਗਦਾ ਸੀ ਕਿ ਸਾਰੀ ਰਿਸਪੋਂਸੀਬਿਲਟੀ ਮੇਰੀ ਹੈ। ਔਰ ਜਸਟ ਥੋੜ੍ਹੀ ਦੇਰ ਪਤਾ ਲੱਗਿਆ ਆਪਣੇ ਹੀ ਕਿਸੇ ਵੈਰੀ ਕਲੋਜ਼ ਰਿਲੇਟਿਵ ਤੋਂ ਕਿ ਪਿਓ ਜਿਹੜੀ ਵਿਲ ਕਰਨ ਦੀ ਸੋਚ ਰਿਹਾ, ਜਾਂ ਵਿਲ ਵੀ ਨਹੀਂ, ਜੋ ਉਹਦੀ ਇੰਟੈਂਸ਼ਨ ਹੈਗੀ ਹੈ ਕਿ ਉਹ ਆਪਣੇ ਭਰਾ ਦੇ ਬੱਚੇ ਨੂੰ ਆਪਣਾ ਜਿਹੜਾ ਉਹਨਾਂ ਨੇ ਆਪ ਹੀ, ਪਿਓ ਨੇ ਆਪ ਹੀ ਮਕਾਨ ਬਣਾਇਆ ਸੀ, ਸੈਲਫ ਐਕੁਆਇਰਡ ਸੀ, ਉਹ ਮੈਂ ਨੈਫਿਊ ਨੂੰ ਦੇ ਦਾਂ, ਪਰ ਧੀਆਂ ਨੂੰ ਦੇਣ ਦੀ ਸੋਚ ਵੀ ਨਹੀਂ ਆ ਰਹੀ, ਧਿਆਨ ਵੀ ਨਹੀਂ ਆ ਰਿਹਾ ਕਿ ਉਹਨਾਂ ਦਾ ਵੀ ਹੱਕ ਹੈ। ਸੋ ਸਿੱਧਾ ਹੀ ਆ ਰਿਹਾ ਕਿ ਉਹ ਪੁੱਤਰ ਤਾਂ ਰਿਹਾ ਨਹੀਂ, ਹੁਣ ਮੈਂ ਨਾ ਆਪਣੇ ਭਤੀਜੇ ਨੂੰ ਸੋਚਦਾ ਕਿ ਇਹ ਕਰ ਦਾਂਗਾ, ਫਿਰ ਉਹ ਬਾਅਦ 'ਚ ਉਹ ਕਰੇਗਾ, ਜਦਕਿ ਉਹ ਭਤੀਜਾ ਐਸਾ ਨਹੀਂ ਹੈ ਕਿ ਉਹਨੇ ਧਿਆਨ ਰੱਖਿਆ ਹੋਏ ਜਾਂ ਫਿਰ ਉਹ ਬੜਾ ਇਨਵੋਲਵਡ ਹੋਏ ਉਹਨਾਂ ਦੀ ਲਾਈਫਸ ਵਿੱਚ, ਐਸਾ ਕੁਛ ਨਹੀਂ, ਉਹ ਪਹਿਲੇ ਤੋਂ ਹੀ ਬੜੀ ਦੂਰ ਹੈ। ਸੋ ਕਹਿੰਦੀ ਮੈਨੂੰ ਬਿਲਕੁਲ ਸਮਝ ਨਹੀਂ ਆਇਆ, ਵਾਸ ਸ਼ੌਕਡ ਕਿ ਇੰਜ ਦੀ ਥਿੰਕਿੰਗ, ਅਸੀਂ ਸਾਨੂੰ ਪੜ੍ਹਾ ਜ਼ਰੂਰ ਦਿੱਤਾ, ਅਸੀਂ ਪੜ੍ਹ ਕੇ ਜੋਬਸ ਵੀ ਕਰਦੇ ਰਹੇ ਹਾਂ, ਬਾਹਰ ਵੀ ਨਿਕਲੇ ਹਾਂ, ਉਹਨਾਂ ਨੂੰ ਵੀ ਦਿੰਦੇ ਰਹੇ ਹਾਂ ਕਿ ਨਹੀਂ ਤੁਸੀਂ ਵੀ ਬਦਲੋ, ਪਰ ਉਹ ਕਿੱਥੇ ਦੇ ਕਿੱਥੇ ਖੜ੍ਹੇ ਹੈ, ਜਦਕਿ ਇੰਡੀਅਨ ਯੂਨੋ ਕੋਰਟ ਵੱਲੋਂ, ਸੁਪਰੀਮ ਕੋਰਟ ਵੱਲੋਂ ਸਾਰੀ ਡੈਕਲਰੇਸ਼ਨ ਹੈ ਕਿ ਕੁੜੀ ਮੁੰਡੇ ਦੇ ਵਿੱਚ ਫਰਕ ਨਹੀਂ ਕਰਨਾ, ਸੈਲਫ ਐਕੁਆਇਰਡ, ਚਲੋ ਪਿਓ ਮਾਂ ਪਿਓ ਦੀ ਆਪਣੀ ਮਰਜ਼ੀ ਹੈ ਉਹ ਕਿਹਦੇ 'ਚ ਕਰਨ, ਪਰ ਐਨਸੈਸਟਰਲ ਪ੍ਰੋਪਰਟੀ ਇਕੁਅਲ ਹੱਕ ਹੈਗਾ, ਕੋਈ ਜੈਂਡਰ ਬਾਇਸ ਨਹੀਂ ਹੋਣਾ ਚਾਹੀਦਾ। ਬਟ ਸ਼ੀ ਵਾਜ਼ ਸੋ ਸ਼ੌਕਡ ਐਂਡ ਫਰਸਟ੍ਰੇਟਿਡ, ਕਹਿੰਦੀ ਮੈਨੂੰ ਲੱਗਿਆ ਮੈਂ ਇਹ ਸ਼ਹਿਰ ਛੋੜ ਕੇ ਹੀ ਚਲੀ ਜਾਂ। ਸੋ ਕੈਨ ਯੂ ਬਿਲੀਵ ਕਿ ਸ਼ੀ ਵਾਜ਼ ਇੰਜੋਇੰਗ ਹਰ ਪ੍ਰੋਫੈਸ਼ਨ, ਸਾਰਾ ਕੁਛ ਉੱਥੇ ਵਧੀਆ ਸੀ, ਪਰ ਉਹ ਸ਼ਹਿਰ ਉਸ ਪਿੱਛੇ ਛੋੜਤਾ ਉਹਨੇ ਕਿ ਮੇਰੇ ਤੋਂ ਹੋ ਨਹੀਂ ਰਿਹਾ, ਕਿ ਮੈਂ ਸਾਰਾ ਕੁਛ ਆਪਣੀ ਜ਼ਿੰਦਗੀ ਜਾਂ ਫੋਕਸ ਇਹ ਰਿਹਾ ਕਿ ਪੇਰੈਂਟਸ ਦਾ ਧਿਆਨ ਵਧੀਆ ਤਰੀਕੇ ਨਾਲ ਮੈਂ ਰੱਖ ਸਕਾਂ, ਪਰ ਇਹ ਨਹੀਂ ਹੈ ਕਿ ਮੈਂ ਕੋਈ ਕੀਮਤ ਚਾਹੁੰਦੀ ਹਾਂ, ਪਰ ਮਤਲਬ ਮੇਰੀ ਮੇਰੀ ਜਿਹੜੀ ਆਈਡੈਂਟੀ ਹੈ ਉਹ ਕੁਛ ਹੈ ਹੀ ਨਹੀਂ ਸੀ, ਜ਼ੀਰੋ ਸੀ ਥਿੰਕਿੰਗ ਕਿ ਅਗਰ ਭਰਾ ਨਹੀਂ ਰਿਹਾ ਤਾਂ ਸਟ੍ਰੇਟ ਅਵੇ ਹੀ ਇਜ਼ ਥਿੰਕਿੰਗ ਅਬਾਊਟ ਨੈਫਿਊ, ਬਟ ਡੋਟਰਸ ਦਾ ਉਹਨਾਂ ਦੇ ਦਿਮਾਗ 'ਚ ਵੀ ਨਹੀਂ ਆ ਰਿਹਾ ਕਿ ਡੋਟਰਸ ਦਾ ਵੀ ਕੁਛ ਹੱਕ ਬਣਦਾ ਪ੍ਰੋਪਰਟੀ ਦੇ ਵਿੱਚ, ਵਿਚ ਵਾਜ਼ ਸ਼ੋਕਿੰਗ ਟੂ ਹਰ ਐਂਡ ਟੂ ਬੀ ਓਨੈਸਟ ਸ਼ੋਕਿੰਗ ਟੂ ਮੀ ਆਲਸੋ, ਕਿ ਮੈਨੂੰ ਵੀ ਲੱਗਿਆ ਕਿ ਇਹ ਬੜਾ ਅਜੀਬ ਚੀਜ਼ ਹੈ। ਡੂ ਯੂ ਥਿੰਕ, ਉਹ ਕਹਿੰਦੇ ਨੇ ਕਿ ਇਹ ਆਮ ਉਹਨਾਂ ਨੂੰ ਲੱਗਦਾ ਹੈ ਕਿ ਇਹ ਚੀਜ਼ ਪੰਜਾਬ 'ਚ ਹੁੰਦੀ ਹੈ, ਤੁਹਾਡੇ ਜਾਣ ਪਛਾਣ ਦੇ ਵਿੱਚ ਜਾਂ ਤੁਹਾਡੀ ਗੱਲਾਂ ਯੂਨੋ ਤੁਹਾਡੇ ਬੜੇ ਹੈਗੇ ਆ ਜਿਹੜੇ ਇੱਥੇ ਰਹਿੰਦੇ ਨੇ, ਕੀ ਐਸਾ ਕੁਛ ਸੁਣਨ 'ਚ ਆਉਂਦਾ ਤੁਹਾਡੇ ਜਿਹੜਾ ਕਿ ਕੁੜੀਆਂ ਨੂੰ ਅਫਕੋਰਸ ਉਹ ਬੜੀ ਟ੍ਰਡੀਸ਼ਨ ਸੀਗੀ, ਡੋਟਰਸ ਸਾਈਨ ਆਫ ਕਰ ਦਿੰਦੀਆਂ ਸੀ, ਯੂਨੋ ਪਤਾ ਹੀ ਹੈ ਕਿ ਉਹਦੇ ਬਾਰੇ ਅਸੀਂ ਪਹਿਲੇ ਸ਼ੋਅ 'ਚ ਗੱਲਾਂ ਵੀ ਕਰ ਚੁੱਕੇ ਹਾਂ ਕਿ ਮਤਲਬ ਕੀ ਠੀਕ ਹੈ ਕੀ ਨਹੀਂ ਠੀਕ ਹੈ, ਉਹਦੇ 'ਚ ਵੀ ਬੜੀ ਵਰਾਇਟੀ ਆਫ ਵਿਊਜ਼ ਸਾਨੂੰ ਹਮੇਸ਼ਾ ਮਿਲੇ ਹੈ ਕਿ ਉਹ ਜਿਹੜੀਆਂ ਧੀਆਂ ਉਹ ਰਾਈਟ ਆਫ ਕਰ ਦਿੰਦੀਆਂ ਸੀ, ਫਿਰ ਉਸ ਤੋਂ ਬਾਅਦ ਇਹ ਵੀ ਡਿਬੇਟ ਹੋਈ ਕਿ ਹਾਂਜੀ ਕਿਉਂ ਕਰਦੀਆਂ ਨੇ ਉਹ ਨਹੀਂ, ਅਤੇ ਕਈਆਂ ਨੇ ਕਿਹਾ ਕਿ ਨਹੀਂ ਉਹ ਘਰ ਬਣਿਆ ਰਹਿੰਦਾ, ਇੱਕ ਵਿਆਹ ਵੇਲੇ ਉਹ ਆਪਣਾ ਲੈ ਕੇ ਨਿਕਲ ਗਈ, ਫਿਰ ਹਸਬੈਂਡ ਦਾ ਉਹਦਾ ਹੈਗਾ ਅਤੇ ਬਾਕੀ ਚਲੋ ਯੂਨੋ ਭਾਵੇਂ ਕੋਰਟ ਦਾ ਡਿਫਰੈਂਟ ਡਿਸੀਜਨ ਹੈ, ਸੋਸ਼ਲੀ ਹਾਲੇ ਵੀ ਉਹ ਚੱਲ ਰਿਹਾ ਕਿ ਜਿਹੜੀਆਂ ਗਰਲਸ ਹੈਗੀਆਂ ਡੋਟਰਸ ਹੈਗੀਆਂ ਉਹ ਰਾਈਟ ਆਫ ਕਰਦੀ ਨੇ ਕਿ ਸਾਡੇ ਭਰਾਵਾਂ ਵਾਸਤੇ ਠੀਕ ਹੈ, ਬਿਕੋਜ਼ ਉਹਨਾਂ ਨੂੰ ਆਪਣੇ ਹਸਬੈਂਡਸ ਤੋਂ ਮਿਲ ਰਿਹਾ। ਬਟ ਇੱਥੇ ਉਹ ਚੀਜ਼ ਨਹੀਂ ਹੈ ਕਿ ਬ੍ਰਦਰ ਰਿਹਾ ਹੀ ਨਹੀਂ ਔਰ ਬ੍ਰਦਰ ਦੀ ਵਾਈਫ ਵੀ ਚਲੀ ਗਈ ਹੈ, ਕੋਈ ਬੱਚੇ ਨਹੀਂ ਹੈ, ਸੋ ਵਾਟ ਹੀ ਇਜ਼ ਥਿੰਕਿੰਗ ਇਜ਼ ਅਬਾਊਟ ਅ ਨੈਫਿਊ, ਮਤਲਬ ਮੇਲ ਮੈਂਬਰ ਆਫ ਦਾ ਹਾਊਸ, ਪਰ ਉਹ ਇੰਸੈਸਟਰਲ ਪ੍ਰੋਪਰਟੀ ਨਹੀਂ ਹੈ, ਇਹਨਾਂ ਦੇ ਪਿਓ ਦੀ ਬਣਾਈ ਹੋਈ ਹੈ। ਸੋ ਸ਼ੀ ਵਾਜ਼ ਸੋ ਡਿਸਹਾਰਟਨਡ ਕਿ ਮਤਲਬ ਅੱਖਾਂ 'ਚ ਹੰਝੂ ਸੀਗੇ ਕਿ ਇਸ ਤਰ੍ਹਾਂ ਕਿਉਂ ਹੁੰਦਾ। ਆਈ ਅੰਡਰਸਟੈਂਡ ਕਈ ਚੀਜ਼ਾਂ ਦੇ ਵਿੱਚ ਅਸੀਂ ਵਿਮੈਨਸ ਲਿਬ ਔਰ ਉਹ ਸਾਰੀਆਂ ਗੱਲਾਂ ਕਰਦੇ ਹਾਂ, ਇਕੁਆਲਿਟੀ, ਜੈਂਡਰ ਇਕੁਆਲਿਟੀ, ਇਕੁਅਲ ਪੇ, ਬਟ ਇਕੁਅਲ ਪੇ ਤਾਂ ਬਾਅਦ 'ਚ ਆਏਗੀ, ਪਹਿਲੇ ਘਰੋਂ ਸਾਨੂੰ ਕੀ ਯੂਨੋ ਇਨ ਅ ਵੇ ਟ੍ਰੀਟਮੈਂਟ ਮਿਲਦਾ ਹੈ, ਪਰ ਉਹਦੇ 'ਚ ਮੈਨੂੰ ਕੋਈ ਰਾਈਟ ਰੋਂਗ ਹਾਲੇ ਟੂ ਬੀ ਓਨੈਸਟ ਨਹੀਂ ਸਮਝ ਆ ਰਹੀ, ਕਿਉਂਕਿ ਉਹ ਬੜੀ ਪੁਰਾਣੀ ਟ੍ਰੈਡੀਸ਼ਨ ਹੈ, ਉਹ ਜਨਰੇਸ਼ਨਲੀ ਅੱਗੇ ਅੱਗੇ ਗਈ ਹੋਈ ਹੈ, ਅਸੀਂ ਇਨਹੈਰਿਟ ਕੀਤੀ ਹੋਈ ਹੈ। ਸੋ ਕੀ ਖਿਆਲ ਹੈ ਉਹ ਤੁਹਾਡਾ, ਜ਼ਰੂਰ ਮੈਨੂੰ ਕਾਲ ਕਰੋ, ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਹੋਰ ਕੇਸਿਸ ਇਸ ਤਰ੍ਹਾਂ ਦੇ ਕੁਛ ਪਤਾ ਹੈ ਜਿਹੜੇ ਕਿ ਇਸ ਤਰ੍ਹਾਂ ਦਾ ਚਲਨ ਹੋਏ, ਇਸ ਤਰ੍ਹਾਂ ਦੀ ਟ੍ਰੈਡੀਸ਼ਨ ਹੋਏ ਫੈਮਲੀਜ਼ ਦੇ ਵਿੱਚ ਕਿ ਹਾਂ ਮੇਲਸ ਨੂੰ ਹੀ ਦੇਣਾ, ਜ਼ਰੂਰ ਮੈਨੂੰ ਕਾਲ ਕਰਕੇ ਦੱਸੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਡੂ ਨਾਟ ਗੋ ਐਨੀਵੇਅਰ। ਫਿਰ ਦੁਬਾਰਾ ਸਵਾਗਤ ਹੈ ਔਰ ਸਾਰੇ ਆਏ ਹੋਪ ਕਿ ਤੁਸੀਂ ਗੱਲ ਸੁਣੀ ਹੈ ਪਿਆਰ ਨਾਲ, ਐਜ਼ ਵੈਲ ਐਜ਼ ਸੋਚ ਕੇ ਰੱਖ ਰਹੇ ਹੋ, ਕਿਉਂਕਿ ਜ਼ਰੂਰੀ ਹੈ ਕਿ ਇਹ ਬਾਰੇ ਅਸੀਂ ਗੱਲ ਕਰੀਏ। ਠੀਕ ਹੈ, ਅਸੀਂ ਪ੍ਰੋਪਰਟੀ ਬਾਰੇ ਹੋਰ ਬੜੀਆਂ ਵਾਰੀ ਗੱਲਾਂ ਕੀਤੀਆਂ, ਪਰ ਸਮਥਿੰਗ ਲਾਈਕ ਦਿਸ ਹੈਜ਼ਨਟ ਕਮ ਅਪ, ਸਿਮਿਲਰ ਥਿੰਗਸ ਹੈਵ ਕਮ ਅਪ, ਪਰ ਲੈਟਸ ਸੀ ਕੌਣ ਕਾਲ ਕਰ ਰਹੇ ਨੇ। ਸੁਦਰਸ਼ਨ ਜੀ,
सुदर्शन जी हेलो, हेलो, सत श्री अकाल, सत श्री अकाल। सत श्री अकाल जी। चकमा दे जाते हो अपने व्यूवर को और व्यूवर उदास हो जाते हैं। नहीं, मैं घूमती हुई आई हाँ, बड़ी सारा जनीवा, टर्की, दुबई। सो जिस अच्छा, जो मैंनू सिखांदे हो ना तुसी, तो सुदर्शन जी के ऐश करो, सो वही। ऐश करो बिल्कुल। लाइफ इज ओनली वन टाइम, सो व्हाई नॉट, व्हाई नॉट। हुण अगला ट्रू, तो पता ही नहीं किस जन्म में जाना है, किस शक्ल जाना है, तो सो जो है उसने एंजॉय करो। मेक द बेस्ट ऑफ दिस। बिल्कुल मेक द बेस्ट ऑफ इट। मैं घर जी, बैठी मेक द बेस्ट ऑफ इट कर लेनी। आई नो आई नो। बिल्कुल बिल्कुल। सो सुदर्शन जी की वेरी कहते हो, इस तरह का कभी पहले सुने हैं जिमें? स्ट्रेंज, वेरी हाँ स्ट्रेंज अरविंद। मैं कभी नहीं सुनिया ऐसा। हाँ या तो जद्दी जायदाद होवे तो फिर तो गल बनती है कि उन्हें अपने नेफ्यू नू देना ठीक समझिए। पर नेफ्यू दी तो चलो हिस्सा होएगा ही ना, अगर जदी ए ते सेल्फ एक्वायर्ड है, ओही तो सुनिया मैं, क्योंकि जब राइट? उन्हें अपना बनाया तो पहले तो बच्चे होने चाहिए ने। और लड़कियां क्यों नहीं? और जिस लड़की ने इन्नी सैक्रीफाइस की ओद्दे कोलों आके घर लिता भी उन्होंने टेक केयर कर। मैं नहीं कह रही भी उन्हें कुछ बदले च मंगे, हाँ, लेकिन इट्स वेरी शॉकिंग, वट एवर ही इज डूइंग इज वेरी रॉन्ग। पर देखो उन्हें ये लगता है कि उन्हें जहन च ही नहीं कि कुड़ियां नू दे भी सकते हैं। सो अकॉर्डिंग टू हर He's वॉट, still there. He's still in the past. उन्होंने बदली नहीं, उन्होंने जी है ना हाँ अज्ञानता है, बिल्कुल अज्ञानता है कि लड़कियां नहीं, लड़कियां देता दहेज वगैरह खत्म। पर हूं तेरा मकान है तो बच्चियां नू दे, हाँ ऐसी केड़ी गल है? या अगर बहुत ही जी कर रहे भतीजे देन ते तो थोड़ा जिन्ना उन्होंने कैश दे दे, अगर बहुत ही दिल कर रहे उन्होंने देन दे उत्ते ते कोई हर्ज नहीं है। पर ये नहीं कि उन्होंने, ये बहुत गलत चीज उन्हों की सोच है, उन्होंने बदलनी चाहिए है सोच। देखो बाकी व्यूवर की कहते हैं, नहीं बट सुदर्शन वॉज द जी तुसी, रीजन वाई इज डूइंग पर दैट। थानू पहले वाले तो पता होने, जिस तरह मैं गल कर रही सी कि बड़ा वारी सिग्नेचर करके अपना कुड़िया हाँ ने, साड़ी मावा ने, सब ने, मतलब इंज ही किया पहले तुसी कर देंदे सी, वो चलन सिगा उस वक्त इत... तक, उस वक्त तक नहीं, हुण तक नहीं, हुण बहुत अवेयरनेस आ गई, हुण कुड़ियां साइन कर देंदी असीं की लेना देना। नहीं हाँ पर मतलब यही होंदा सी कि तुहानूं दान दहेज दे दित्ता, हुण बाकी जिहड़ा है वो बेटे दा जिन्ने घर रहना वे, चलो मान राइट लीती उत्थों तक गल। जी। पर इह ते इह बड़ी गलत गल है कि जो कर रहे हैं, इफ ही इज लिसनिंग इट्स वेरी रोंग। उन्हूं बदलना चाहिए, सुदर्शन जी उहदे तुहानूं भतीजे नूं नहीं लेना चाहिए। उहदा भतीजा ही अगर अकलमंद होवे तो उही कहे कि नहीं चाचा ये मेरी भैणां दा हक है, उन्हां दे तुसीं, मेरी कजन दा हक है। पर थानू लगता है कि गलत कर रहे हैं कि इन्हां दे हिसाब नाल, कहिंदे उहदे ज़हन च ही नहीं है कि कुड़ियां दा वी हक हो सकदा है, मतलब इन्नी बदलिया ही, वो इंसान बदलिया ही नहीं जी, वो बदलिया ही नहीं। और कोई गिला शिकवा नहीं, या तो होए ना बंदा ना कोई रंजिश है तिया हाँ नाल। भाई कोई शक विशक होया हाँ बच्चियां कोल भी, साड़ी इन्होंने केयर नहीं की जिस करके मैं तुहानूं कुछ नहीं देंदा, ऐसी भी कोई चीज नहीं है। पर राइट, उहदे ज़हन च क्यों नहीं आ रहा पता नहीं, वो उत्थे ही रहिंदा, उहदा भतीजा भी उत्थे रहिंदा जिथे वो नहीं रहिंदे ने। नहीं नहीं दूर है। सो फिर भी अच्छा मतलब नेक्स्ट मेल जिहड़ा उहने सोचा है उहनूं सोच रहा है, एंड जरूरी बहुत है मेल नूं ही देना हद हो हाँ गई, दिमाग इट्स टू मच, टू मच है। दिमाग दे विच मेल दा ही है, होर कुछ नहीं, दिमाग दे विच यही है कि मेल दिमाग, मेंबर। हाँ नहीं दिमाग उन्हों अपना बदलना चाहिए, बिल्कुल बदलना चाहिए। अगर सुन रहे हैं तो शायद कुछ उन्होंने दिमाग च आ जाए गल। ठीक है। तो वेल एंजॉय द चंडीगढ़ एंड मैं नंबर देखिया तो मैं क्या उत्थे पहुंच गए हैं। मैं क्या क्या आई सी, बट मे बी यू मिस दैट पार्ट। ठीक है हाँ जी, मे बी हाँ दैट मे बी, बहुत वधिया। दो घड़ी देखिया मैं हो रहा सी रिपीट, मैं क्या राइट, कितने गए होंगे घूमन कामन, तो चलो इट्स ओके। आई विल पुट यू चलो ऑन एनीवे होल्ड ट्राई। सुदर्शन जी, आई विल पुट यू ऑन होल्ड ते कुछ होर ध्यान चाहंदा ना, तो यू कैन जस्ट हाँ शेयर। बाकी नु सुनने ठीक हैं, है देखने हैं बाकी दे की विचार ने। ओके ठीक, या ओके जी, ए कुड़ियां ओके जड़ियां जी, थे सॉरी, कोई नहीं, दोबारा देखते हैं जे इन्हां दा हुई, सो विल सी के की कहंदे ने, दोबारा भी वारी आ जाती है। बट सारे कॉल जरूर करो, क्योंकि हाँ उन्हों बड़ा अजीब लग रहा है, शी इज़ हार्ट ब्रोकन ऑल्सो, बट इन जनरल हैव यू एक्सपीरियंसड दिस, की थोनू ये चीज़ लगता है कि इंज होंगी है भी कुड़ियों वल इस चीज़ का? आई डोंट इवन, आई कांट इवन कॉल पार्शियलिटी या बायस, वो इंज लग रहा है जिमें इस तो ज़्यादा उन्होंने पता ही नहीं, जो चलन उन्होंने देखा है सुनिया है कि धियाँ सेवा करन वास्ते हैं, धिया होर सब कुछ करन वास्ते हैं। गिला कहिंदे मैं अगर ना पहुंचा मैनू गिला जरूर करदे सी कि तू आई नहीं, तू ए नहीं किता, बट ए थॉट नहीं कि बई तू कंफर्टेबल है, तेनू नैचुरली कि बई मेरी प्रॉपर्टी है तो मेरे बच्चों की, तो मेरे बच अपने बच्चों च ही नहीं गिन रहे मैनू, मतलब दैट्स वॉट हर थॉट वॉज। सो लैट सी होर सारे की कह रहे हैं, इन्हों पुछते हैं। हैलो, हाँ ओ
Sudarshan ji. Anji, anji, anji. Sorry, it's again you. Let me take another call. So, call hale mature nahi ho rahi mere to right now itthe. So, let's see. We'll take some. So, tusi sare zarur mainu call karo, but haan, kahi cheeza hai gyan chadiyan mainu lagdi hai. Hello? Hello? Hanji, sat shri kaal. ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਬਲਵਿੰਦਰ ਬੋਲਦੀ ਜੀ ਹਾਂਜੀ ਬਲਵਿੰਦਰ ਜੀ ਸਵਾਗਤ ਹੈ ਦੱਸੋ ਕੀ ਕਹਿੰਦੇ ਹੋ ਕਿੱਥੋਂ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਭਾਈ ਇੱਥੋਂ ਨਿਊਯਾਰਕ ਤੋਂ ਬੋਲ ਰਹੇ ਅੱਛਾ ਜੀ ਠੀਕ ਹੈ ਕੀ ਖਿਆਲ ਹੈ ਤੁਹਾਡਾ ਜੋ ਮੈਂ ਸ਼ੇਅਰ ਕੀਤਾ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਭੈਣ ਜੀ ਪਹਿਲੀ ਗੱਲ ਤੇ ਆ ਵੇ ਪਿਓ ਨੂੰ ਚਾਹੀਦਾ ਸੀ ਜੇ ਬੱਚਾ ਨਹੀਂ ਜਾਂ ਹੈ ਸੀ ਜਾਂ ਤੁਰ ਗਿਆ ਕੁਛ ਵੀ ਹੈ ਵੇ ਉਹਦੇ ਉਹ ਵੀ ਉਹਦੇ ਬੱਚੇ ਨੇ ਕੁੜੀਆਂ ਵੀ ਉਹਦੇ ਬੱਚੇ ਨੇ ਧੀ ਕੀ ਤੇ ਪੁੱਤਰ ਕੀ ਕਦੀ ਕੁਛ ਹੋਰ ਸੁਣਿਆ ਇਹੋ ਜਿਹਾ ਤੁਸੀਂ ਸੁਣਿਆ ਉਹ ਕਹਿੰਦੀ ਹੈ ਕਿ ਚਲਨ ਹੈ ਬੜੀ ਵਾਰੀ ਹੁੰਦਾ ਹੈ ਪੰਜਾਬ 'ਚ ਬੜੀ ਵਾਰੀ ਹੁੰਦਾ ਹੈ ਨਹੀਂ ਨਹੀਂ ਬਹੁਤ ਘੱਟ ਅੱਛਾ ਹਾਂਜੀ ਬਹੁਤ ਘੱਟ ਹੁੰਦਾ ਭੈਣ ਜੀ ਪਹਿਲੀ ਗੱਲ ਤੇ ਜਦੋਂ ਜੇ ਪਿਓ ਕੋਈ ਅੜਬ ਹੋਵੇ ਤੇ ਮਾਂ ਸਮਝਾ ਲੈਂਦੀ ਜਾਂ ਤੂੰ ਮੈਂ ਭੈਣ ਭਰਾ ਸਾਰੇ ਆਪਾਂ ਸਮਝਾ ਲਈਦਾ ਕਿ ਨਹੀਂ ਵੀ ਆਪਾਂ ਜੇ ਕਹੀ ਅਸੀਂ ਭਤੀਜੇ ਨੂੰ ਭਰਾ ਦੇ ਮੁੰਡੇ ਨੂੰ ਜਾਇਦਾਦ ਦੇ ਦਈਏ ਉਹ ਕੋਈ ਦੇਣ ਨਹੀਂ ਦਿੰਦਾ ਪਰ ਇਹੀ ਸੀਨ ਅਗਰ ਅਸੀਂ ਥੋੜਾ ਜਿਹਾ ਬਦਲ ਕੇ ਦੇਖੀਏ ਬਲਵਿੰਦਰ ਜੀ ਕਿ ਭਰਾ ਜ਼ਿੰਦਾ ਹੁੰਦਾ ਚਲੋ ਇਹ ਤਾਂ ਬੜਾ ਆਬਵੀਅਸ ਹੈ ਕਿ ਬੜਾ ਸ਼ੌਕਿੰਗ ਹੈ ਕਿ ਭਰਾ ਨਹੀਂ ਹੈ ਤੇ ਨੈਫਿਊ ਤੱਕ ਗੱਲ ਪਹੁੰਚ ਗਈ ਪਰ ਜੇ ਭਰਾ ਜ਼ਿੰਦਾ ਹੁੰਦਾ ਤਾਂ ਵੀ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਿੱਧਾ ਕੁੜੀਆਂ ਨੂੰ ਬਾਹਰ ਕਰਦੇ ਨੇ ਕਿ ਤਿੰਨਾਂ ਨੂੰ ਆਫਰ ਕਰਦੇ ਵੀ ਤਿੰਨਾਂ ਦਾ ਹੈਗਾ ਹੁਣ ਤੁਸੀਂ ਜੋ ਕਰਨਾ ਹੈ ਦੱਸੋ ਨਹੀਂ ਭੈਣ ਜੀ ਪਹਿਲੇ ਹੁੰਦਾ ਸੀ ਨਾ ਵੀ ਪਹਿਲੀ ਗੱਲ ਤੇ ਆਪਾਂ ਦੇ ਵਿਹਾਰ ਵਿੱਚ ਹੀ ਹੈ ਵੀ ਬੱਚੇ ਦੀ ਹੈ ਜਿਹੜੀ ਜਾਇਦਾਦ ਤੇ ਮੁੰਡਾ ਹੈ ਤੇ ਉਹਦੀ ਹੈ ਹਨਾ ਤੇ ਓਦਾਂ ਆਪਾਂ ਦਾ ਸਾਰਿਆਂ ਦਾ ਹੱਕ ਜਿਹੜਾ ਹੈ ਉਹ ਧੀਆਂ ਦਾ ਵੀ ਤੇ ਪੁੱਤਰਾਂ ਦਾ ਵੀ ਹੈ ਤੇ ਕੁੜੀਆਂ ਵੈਸੇ ਹੀ ਲਿਖ ਕੇ ਜੇ ਖਾਂਦੀਆਂ ਪੀਂਦੀਆਂ ਵਧੀਆ ਨੇ ਤੇ ਉਹ ਕਹਿ ਦਿੰਦੀਆਂ ਨੇ ਜਾਇਦਾਦ ਤੁਸੀਂ ਫੈਨ ਆਉਂਦੇ ਨੇ ਕਰਾਉਂਦੇ ਜ਼ਰੂਰ ਨੇ ਕੋਈ ਅੜ ਵੀ ਜਾਂਦੀਆਂ ਨੇ ਕੋਈ ਭੈਣ ਜੀ ਸੁਣਿਆ ਅੜ ਵੀ ਜਾਂਦੀਆਂ ਲੈ ਵੀ ਲੈਂਦੀਆਂ ਨੇ ਹਾਂ ਤੇ ਹੱਕ ਤੇ ਹੈ ਹੀ ਹੈ ਨਾ ਉਹਨਾਂ ਦਾ ਅਸੀਂ ਉਹਨੂੰ ਅੜਨਾ ਕਿਉਂ ਕਹਿਣਾ ਕਈ ਕਈ ਫਿਰ ਉਹ ਉਹਨਾਂ ਦਾ ਉਹ ਬੌਲ ਬਾਣੀ ਨਹੀਂ ਰਹਿੰਦਾ ਉਹ ਜਾਇਦਾਦ ਲੈ ਲੈਂਦੀਆਂ ਨੇ ਤੇ ਕਈ ਨਹੀਂ ਲੈਂਦੀਆਂ ਕਈ ਸਹਿਣ ਕਰ ਦਿੰਦੀਆਂ ਨੇ ਵੀ ਸਾਡੇ ਭਰਾਵਾਂ ਦਾ ਇਹਨਾਂ ਦਾ ਹੀ ਹੱਕ ਹੀ ਜਿਉਂਦੇ ਰਹਿਣ ਸਾਡਾ ਘਰ ਖੁੱਲਾ ਬੂਹਾ ਖੁੱਲਾ ਸਾਡੇ ਵਾਸਤੇ ਬੂਹਾ ਖੁੱਲਾ ਹੈ ਪਰ ਤੁਹਾਨੂੰ ਲੱਗਦਾ ਕਿ ਇਹ ਚਲਨ ਵੀ ਮੁੱਕਣਾ ਚਾਹੀਦਾ ਹੁਣ ਕਿ ਹਾਂ ਉਹ ਅਗਰ ਆਪਣਾ ਹੱਕ ਹੈ ਉਹ ਲੈ ਲੈਣ ਤੇ ਉਹ ਕਹਿੰਦੇ ਨੇ ਨਾ ਬੂਹਾ ਬੰਦ ਹੀ ਹੋ ਜਾਂਦਾ ਉਹ ਵਾਲਾ ਉਹ ਬੂਹਾ ਨਾ ਬੰਦ ਹੋਏ ਇਸ ਚੱਕਰ ਸਾਈਨ ਕਰ ਦਿੰਦੀਆਂ ਭਾਵੇਂ ਲੋੜ ਵੀ ਹੋਏ ਮਨ ਕੁਛ ਹਾਂਜੀ ਹਾਂਜੀ ਲੋੜ ਵੀ ਹੋਵੇ ਲੈਂਦੀਆਂ ਨੀ ਕਈ ਲੈ ਲੈਂਦੀਆਂ ਕਈ ਲੋੜ ਵੀ ਨਹੀਂ ਨਾ ਤੇ ਕਈ ਅੜ ਕੇ ਲੈਂਦੀਆਂ ਨੇ ਵੀ ਸਾਡਾ ਹੱਕ ਹੈ ਸਾਨੂੰ ਦੋ ਜਾਂ ਕੋਈ ਜਵਾਈ ਓਦਾਂ ਦੇ ਮਿਲੇ ਹੁੰਦੇ ਨੇ ਕਹਿੰਦੇ ਆਪਣਾ ਹੱਕ ਲੈ ਕੇ ਆ ਤੂੰ ਵੀ ਚਲੋ ਫੇਰ ਤੇ ਤਾਂ ਹੋਏਗਾ ਜੇ ਉਧਰੋਂ ਵੀ ਸੋਰਿਆਂ ਤੋਂ ਆਪ ਵੀ ਨਨਾਣਾ ਨੂੰ ਦੇ ਦੇਣ ਤੇ ਇਧਰੋਂ ਵੀ ਲੈ ਲੈਣ ਤੇ ਫਿਰ ਤੇ ਫੇਰ ਹੋਏਗਾ ਨਾ ਫੇਰ ਤੇ ਫੇਰ ਹੋਏਗਾ ਉਹ ਤੇ ਜੇ ਗਵਰਨਮੈਂਟ ਲਾ ਕਰਦੀ ਹੈ ਲਾ ਕਿੱਤਾ ਹੋਇਆ ਸਾਰੇ ਕੀ ਲਏਗਾ ਨਹੀਂ ਲਾ ਹੀ ਤੇ ਹੈਗਾ ਤਾਂ ਹੀ ਤਾਂ ਸਾਈਨ ਉਹਨਾਂ ਦੇ ਚਾਹੀਦੇ ਆ ਲਾ ਹੈਗਾ ਨਹੀਂ ਸਾਈਨ ਤੇ ਭੈਣ ਜੀ ਅੱਜ ਤੂੰ ਪਹਿਲਾਂ ਦੇ ਆਪਾਂ ਬਹੁਤ ਪਹਿਲੇ ਦਾ ਲਾ ਹੈਗਾ ਬਹੁਤ ਪਹਿਲੇ ਦਾ ਲਾ ਹੈ ਤੂੰ ਹੀ ਲਾ ਤੇ ਹਾਂਜੀ ਹਾਂਜੀ ਉਹ ਤੇ ਸ਼ੁਰੂ ਤੋਂ ਹੀ ਲਾ ਹੈਗਾ ਵੀ ਕੁੜੀਆਂ ਜਿੰਨ ਚਿਰ ਸਹਿਣ ਨਹੀਂ ਕਰਦੀਆਂ ਇਹ ਜੇ ਇਕੱਲਾ ਭਰਾ ਉਹਦੇ ਪਿਓ ਕਰਾ ਨਹੀਂ ਸਕਦਾ ਉਹਦੇ ਨਾਂ ਤੇ ਰਾਈਟ ਜੀ ਜੀ ਹਾਂਜੀ ਬਿਲਕੁਲ ਪਰ ਇਹ ਇਹ ਪਿਓ ਨੇ ਗਲਤ ਕੀਤਾ ਨਾ ਪਰ ਉਹਨਾਂ ਨੂੰ ਸਮਝਾਉਂਦੇ ਜਾਂ ਉਹਨੇ ਦੱਸਿਆ ਨੀ ਜਾਂ ਉਹ ਮੁੰਡਾ ਹੇਰਾ ਫੇਰੀ ਕਰ ਗਿਆ ਕੋਈ ਪਤਾ ਨੀ ਹੱਥਾਂ ਚ ਲਾ ਲਿਆ ਹੋਵੇ ਦੁਨੀਆਂ ਅੱਜ ਕੱਲ ਬਹੁਤ ਤੇਜ਼ ਭੈਣ ਜੀ ਇਹ ਵੀ ਹੈਗਾ ਵੈਸੇ ਯੂ ਹੈਵ ਅ ਪੁਆਇੰਟ ਕਿ ਹਾਂ ਉਹਨੇ ਕੋਈ ਗੱਲਾਂ ਚ ਨਾ ਲਾਇਆ ਹੋਏ ਨੈਫਿਊ ਨੇ ਜਿਵੇਂ ਨਾ ਹਾਂ ਚਲੋ ਬਹੁਤ ਵਧੀਆ ਥੈਂਕ ਯੂ ਜਾਇਦਾਦ ਵੇਖ ਕੇ ਤੇ ਉਹਦੇ ਪਾਸੇ ਲਾ ਲਿਆ ਹੋਵੇ ਉਹਨੂੰ ਨਾਲ ਥੈਂਕ ਯੂ ਸੋ ਮਚ ਜੀ ਹੋਰ ਵੀ ਕੁਝ ਧਿਆਨ ਆਏ ਜ਼ਰੂਰ ਕਾਲ ਕਰੋ ਸਤਿ ਸ਼੍ਰੀ ਅਕਾਲ ਹਾਂਜੀ ਇੱਕ ਛੋਟੀ ਜੀ ਲੈਂਦੇ ਆ ਬ੍ਰੇਕ ਡੂ ਨਾਟ ਗੋ ਐਨੀਵੇਅਰ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਕੀਪ ਗੋਇੰਗ ਕਿ ਕੀ ਹੋਣਾ ਚਾਹੀਦਾ ਔਰ ਕੀ ਵਾਕਈ ਇਹ ਫੈਮਿਲੀਅਰ ਐਕਸਪੀਰੀਅੰਸ ਹੈ ਆਈ ਹੋਪ ਕਿ ਯੂਨੀਕ ਐਕਸਪੀਰੀਅੰਸ ਹੋਏ ਇਸੀ ਲੜਕੀ ਨਾਲ ਹੋ ਰਿਹਾ ਬਟ ਉਹਦਾ ਕਹਿਣਾ ਹੈ ਕਿ ਪੰਜਾਬ 'ਚ ਕੁਛ ਪ੍ਰੈਵਲੈਂਟ ਹੈ ਇਹ ਹੁੰਦਾ ਹੈ ਕਿ ਕੁੜੀਆਂ ਨੂੰ ਛੱਡ ਕੇ ਉਹ ਕਿਸੇ ਹੋਰ ਨੂੰ ਦੇਣ ਨੂੰ ਤਿਆਰ ਹੋ ਜਾਣਗੇ ਜਿਹੜੇ ਕਿ ਆਪਣੇ ਬਲੱਡ ਰਿਲੇਸ਼ਨਸ਼ਿਪ ਯੂ ਨੋ ਬੱਚੇ ਵੀ ਨਹੀਂ ਹੈਗੇ ਨੈਫਿਊਜ਼ ਹੈ ਨੀਸਿਸ ਨਹੀਂ ਅਫਕੋਰਸ ਮੇਲ ਮੈਂਬਰਸ ਪਰ ਕੁੜੀਆਂ ਨੂੰ ਨਹੀਂ ਦੇਣਗੇ ਸੋ ਜਿਸ ਤਰ੍ਹਾਂ ਇਹ ਕੁੜੀ ਬਹੁਤ ਹਾਰਟ ਬ੍ਰੋਕਨ ਹੈ ਕੀ ਕਹਿੰਦੇ ਹੋ ਇਹਨਾਂ ਨੂੰ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ
हाँ जी सत श्री अकाल। सत श्री अकाल अरविंद जी। हाँ जी कौन बोल रहे हो? मैं सैटल तो कश्मीर बोल रही हूँ ते दिवाली दी बहुत बहुत मुबारकां तुहानू। थैंक यू जी, थैंक यू कश्मीर जी, थानू भी बहुत बहुत वधाइयां। दसो की कहंदे हो, आज की कहंदे हो? दिवाली सोहनी हो गई हुण वधिया? इत्थे ते मैं बड़ी देर बाद दिवाली मनाई है। अगे पिछे नहीं बजाए ते बाकी रौनक भी थोड़ी लिमिटेड सी है। मैनू लगदा है कि जो अपना पहले वाला चीज सी जिद्दां असीं पिंडां विच रहिंदे आ ना, साडे पिंडां विच काफी रौनक हुंदी। पटाके तां ठीक है तो इन्नी देर ना भी चलन, जिद्दां पिंडां दे विच काफी रौनक हुंदी आ, है ना। सो दसो गुरद्वारे च जाना, फिर आले दुआले होर सारे दीवे जगाउणे, मोटरां ते दीवे जगाउण जाना, इक दूजे दे घर नूं जाना, है ना। साडे पिंडां दे विच अजे थोड़ा जिहा हैगा आ इह। नहीं इत्थे वी सीगा पर शायद मैनूं लग्गिया थोड़ा घट। बंदी छोड़ दिवस हैगा, जिस तरह भी सेलिब्रेट करन, पर एक आपस च मिलना एक दूजे नूं ओ अच्छा जेस्चर हैगा साडा, बड़ा मेंटेन बड़ा हुंदा आपो विच मिलना। हां जी दसो अज की कहंदे हो? मैं तो सुन के बड़ा दुख जिहा हुंदा। सब तो पहली गल उस कुड़ी नूं इन्ना ज्यादा दुख लगा भी असीं देखो उहनां दा बच्चा कुदरती तौर ते भी उह तां रब दी करनी सी नहीं रिहा ना। ते दूसरा इह आ भी उह भी बच्चे ही आ, कुड़ियां जिहड़ियां आ जो भी करना है उह कुड़ियां तों वाधू उहनां नाल कोई कुछ कर नहीं सकदा। पर उस कुड़ी नूं जिहड़ी चंडीगढ़ सारा कुछ छड्ड के आ गई, उहनूं किन्नी सट लगी इस गल दी भी मेरे फादर दा ध्यान सब तों हट के किधरले पासे नूं आ। राइट, बिलकुल बिलकुल। हाँ ਤੇ ਕਈ ਵਾਰੀ ਏਦਾਂ ਹੁੰਦਾ ਅਸੀਂ ਬਹੁਤ ਚੰਗੇ ਮਹਾਨ ਬਣਨ ਦੀ ਖਾਤਰ ਨਾ ਅਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਦੂਜਿਆਂ ਦੇ ਨਾਲ ਬਹੁਤ ਜ਼ਿਆਦਾ ਕਰਦੇ। ਕਰੋ ਆਪਣੇ ਪਰਿਵਾਰ ਦੇ ਨਾਲ, ਪਰ ਆਪਣੀ ਫੈਮਿਲੀ ਨੂੰ ਤਾਂ ਘੱਟੋ ਘੱਟ ਨਾ ਛੱਡੋ ਨਾ। ਤੁਸੀਂ ਬੜਾ ਸਹੀ ਕਹਿ ਰਹੇ ਹੋ। ਬੜੀ ਵਾਰੀ ਇਹ ਦੇਖਿਆ ਜਾਂਦਾ ਕਿ ਚੰਗੇ ਬਣਨ ਦੇ ਚੱਕਰ 'ਚ ਅਸੀਂ ਪਤਾ ਨਹੀਂ ਕਿਹਨੂੰ ਖੁਸ਼ ਕਰ ਰਹੇ ਹੁੰਦੇ ਆ ਔਰ ਆਪਣੇ ਬਲੀ ਚੜਾ ਦਿੰਦੇ ਆ ਆਪਣਿਆਂ ਦੀ। ਬਿਲਕੁਲ। ਹੋਰ ਅਰਵਿੰਦ ਜੀ, ਬੱਚੇ ਚੰਗੇ ਹੋਣ ਜਾਂ ਮਾੜੇ ਹੋਣ, ਪਹਿਲੀ ਗੱਲ ਤਾਂ ਜੋ ਕੁੜੀਆਂ ਦੇਖਦੀਆਂ ਉਹ ਕੋਈ ਦੇਖ ਨਹੀਂ ਸਕਦਾ, ਤੇ ਦੂਸਰਾ ਇਹ ਹੈ ਕਿ ਬੱਚਾ ਆਪਣਾ ਚੰਗਾ ਹੋਵੇ ਜਾਂ ਮਾੜਾ ਹੋਵੇ, ਆਪਣੇ ਬੱਚੇ ਦੇਖਦੇ ਆ ਤੁਹਾਨੂੰ ਆਖਰੀ ਟਾਈਮ ਤੱਕ। ਉਹ ਦੂਜੇ ਨੇ ਉਹ ਨਹੀਂ ਦੇਖਣਾ, ਉਹਨੇ ਸਿਰਫ ਆਪਣੇ ਆਪਣੇ ਮਤਲਬ ਕਰਕੇ ਦੇਖਣਾ ਵੀ ਮੈਨੂੰ ਕੀ ਮਿਲ ਰਿਹਾ। ਸਹੀ ਕਹਿ ਰਹੇ ਹੋ। ਔਰ ਦੂਜੇ ਕਸ਼ਮੀਰ ਜੀ ਇਹ ਵੀ ਲੱਗਦਾ ਕਿ ਚਲੋ ਦੇਖਣਾ ਇੱਕ ਬੜਾ ਵੱਡਾ ਐਸਪੈਕਟ ਹੈ ਪੇਰੈਂਟਸ ਦਾ ਨਾ, ਪਰ ਹੱਕ ਵੀ ਇੱਕ ਚੀਜ਼ ਹੈ ਉਹ, ਮਤਲਬ ਬੱਚਿਆਂ ਵਾਲਾ ਹੱਕ ਕਿਸੇ ਦਾ ਨਾ ਸਮਝ ਕੇ ਕਿ ਮੇਰੇ ਕੁੜੀਆਂ ਹੋਣ ਦੇ ਨਾਲ ਉਹ ਹੱਕ ਹੀ ਮਾਰਿਆ ਗਿਆ। ਬਿਲਕੁਲ। ਦੇਖੋ ਹੱਕ ਵੀ ਹੈਗਾ ਆ, ਪਰ ਇਹ ਆ ਵੀ ਜੇ ਤੁਸੀਂ ਇੱਕ ਜੁਆਇੰਟ ਫੈਮਿਲੀ ਚ ਇਕੱਠੇ ਰਹਿ ਰਹੇ, ਸਾਰੇ ਪੂਰੀ ਫੈਮਿਲੀ ਇਕੱਠੀ ਹੈਗੀ ਆ, ਉਹ ਤੁਹਾਡੇ ਨਾਲ ਬਹੁਤ ਵਧੀਆ ਰਹਿ ਰਹੇ ਆ ਦੂਜੇ ਵੀ, ਫਿਰ ਮਾਪੇ ਕਦੀ ਸੋਚ ਲੈਂਦੇ ਆ ਵੀ ਇਹਨਾਂ ਬੱਚਿਆਂ ਲਈ ਇਹਨਾਂ ਕੁੜੀਆਂ ਲਈ ਇੱਕ ਆਉਣ ਲਈ ਘਰ ਹੋਊਗਾ ਵੀ ਜੇ ਮੈਂ ਇਹਨਾਂ ਨੂੰ ਦੇ ਦਵਾਂ। ਠੀਕ ਹੈ, ਠੀਕ ਹੈ। ਤਾਂ ਪਰ ਜੇ ਹੁਣ ਰਹਿੰਦੇ ਉਹ ਦੂਰ ਆ, ਉਹਨਾਂ ਨੂੰ ਕਦੀ ਦੇਖਦੇ ਵੀ ਨਹੀਂ, ਤੇ ਫਿਰ ਉਹਨਾਂ ਨੂੰ ਇੰਨਾ ਕਰਨ ਦੀ ਲੋੜ ਨਹੀਂ ਹੈਗੀ। ਚਲੋ ਕਰੋ ਜਿਹੜਾ ਕਰਨਾ ਚਾਹੀਦਾ, ਪਰ ਬੱਚਿਆਂ ਦਾ ਆਪਣੀਆਂ ਕੁੜੀਆਂ ਦਾ ਹੱਕ ਜਿਹਨਾਂ ਨੇ ਤੁਹਾਨੂੰ ਦੇਖਣਾ ਆ। ਪਰ ਮੈਂ ਸੋਚਦੀ ਹਾਂ ਉਸ ਕੁੜੀ ਨੂੰ ਕਿੰਨੀ ਸੱਟ ਵੱਜੀ ਹੋਗੀ ਇਸ ਗੱਲ ਦੀ ਕਿ ਮੇਰੇ ਫਾਦਰ ਦਾ ਧਿਆਨ ਮੈਂ ਇੰਨਾ ਕਰ ਰਹੀ ਹਾਂ ਤਾਂ ਉਹਨਾਂ ਦਾ ਧਿਆਨ ਕਿੱਧਰ ਆ। ਸਹੀ ਗੱਲ ਹੈ। ਚਲੋ ਤੁਹਾਨੂੰ ਕੀ ਲੱਗਦਾ ਇਹਨੂੰ ਹੁਣ ਕੀ ਸੋਚਣਾ ਚਾਹੀਦਾ? ਇੱਥੇ ਬੜਾ ਯੂ ਨੋ ਇਟਸ ਅ ਗ੍ਰੀਫ ਬੰਦੇ ਨੂੰ ਹੋ ਸਕਦਾ, ਪਰ ਉਹਦੇ ਤੋਂ ਅੱਗੇ ਮੂਵ ਔਨ ਵੀ ਕਰਨਾ ਪਏਗਾ। ਮੂਵ ਔਨ ਵੀ ਕਰਨਾ ਪਏਗਾ, ਲਾਈਫ ਹੋ ਜਾਣਾ ਚਾਹੀਦਾ ਜਿਹਦੇ ਨਾਲ ਉਹ ਫਾਦਰ ਨੂੰ ਵੀ ਥੋੜਾ ਜਿਹਾ ਪਤਾ ਲੱਗੇ ਨਾ। ਓਕੇ, ਠੀਕ ਹੈ ਜੀ, ਬਹੁਤ ਵਧੀਆ। ਹਾਂ, ਸੋ ਦੈਟ ਉਹੀ ਕਹਿੰਦੇ ਨਾ ਵੀ ਆਪਣੇ ਮਨ ਤੋਂ ਮੂਵ ਔਨ ਵੀ ਕਰਨਾ ਜ਼ਰੂਰੀ ਹੈ, ਕਿਉਂਕਿ ਤਾਂ ਕਿ ਇਹ ਹੋਏ ਕਿ ਹਾਂ ਆਪਣੀ ਜ਼ਿੰਦਗੀ ਉਸ ਤੋਂ ਹਟ ਕੇ ਵੀ ਹੈ, ਜਿਵੇਂ ਉਹ ਕਹਿੰਦੀ ਹੈ ਮੇਰਾ ਫੋਕਸ ਹੀ ਮਾਂ ਪਿਓ ਰਹੇ ਹਮੇਸ਼ਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਹਾਂਜੀ ਆਂਟੀ ਜੀ, ਕੀ ਕਹਿੰਦੇ ਹੋ? ਲੱਕੀ ਹੋ ਤੁਸੀਂ ਇੰਡੀਆ ਦੀ ਦੀਵਾਲੀ ਵੇਖੀ ਭਾਵੇਂ ਕਿਵੇਂ ਵੀ, ਨਾਲੇ ਪੇਰੈਂਟਸ ਦੇ ਕੋਲ ਜਾ ਕੇ। ਸਹੀ ਹੈ, ਹਾਂਜੀ। ਤੇ ਮੈਂ ਇਹ ਕਹਾਂਗੀ
ਇੱਕ ਆਪਣਾ ਸਮਾਜ ਨਹੀਂ ਅਰਵਿੰਦ ਬੇਟਾ, ਹਾਂਜੀ, ਇਹ ਸਾਰੀ ਦੁਨੀਆ ਵਾਸਤੇ ਵੀ ਜਦੋਂ ਭਰਾ ਨਹੀਂ ਹੋਵੇਗਾ ਤੇ ਅੱਖ ਲੜਕੀਆਂ ਦਾ ਹੁੰਦਾ। ਅੱਜ ਤੋਂ ਕੋਈ 40 ਸਾਲ ਪਹਿਲਾਂ ਸੀ, ਸਾਨੂੰ ਚੇਤਾ ਆਉਂਦਾ ਹੈ ਵੀ ਉਹ ਕਹਿੰਦੇ ਹੁੰਦੇ ਸੀ ਲੋਕ ਵੀ ਧੀਆਂ ਸ਼ਰੀਕਾਂ ਦੀ ਜ਼ਮੀਨ ਜੇ ਮੁੰਡਾ ਨਾ ਹੋਵੇ ਤਾਂ। ਉਹ ਤਾਂ ਕਾਫੀ ਦੇਰ ਤੋਂ ਹੀ ਬਦਲ ਗਿਆ ਕਾਨੂੰਨ, ਹੁਣ ਤਾਂ ਜੋ ਤੁਹਾਡੀ ਇੱਕ ਲੜਕੀ ਦੋ ਲੜਕੀਆਂ ਵਾਹਿਗੁਰੂ ਕਰੇ ਕਿਸੇ ਦਾ ਬੱਚਾ ਨਹੀਂ ਹੁੰਦਾ। ਪਹਿਲੇ ਸੀਗਾ ਧੀਆਂ ਦੀ ਜਾਇਦਾਦ ਤੇ ਧੀਆਂ ਦਾ ਘਰ ਹੈ। ਮੇਰੇ ਘਰ ਦੇ ਨਾਲ ਹੀ ਕੋਠੀ, ਤਿੰਨੇ ਭੈਣਾਂ ਸੀ ਤੇ ਉਹਨਾਂ ਬ੍ਰਦਰ ਦੀ ਡੈਥ ਹੋ ਗਈ, ਉਹਨਾਂ ਦੀ ਮਦਰ ਦੀ ਵੀ ਹੋ ਗਈ, ਉਹਨਾਂ ਦਾ ਪਿਓ ਰਹਿ ਗਿਆ। ਉਹਦੇ ਪਿਓ ਨੇ ਇੱਕ ਘਰ ਵੀ 3 ਹਿੱਸੇ ਕਰਤਾ ਤੇ 26 ਕਿੱਲੇ ਜ਼ਮੀਨ 3 ਹਿੱਸੇ ਕਰਤੀ। ਉਹਨੇ ਪੈਸਾ ਧੇਲਾ ਕੁੜੀਆਂ ਨੂੰ ਦੇਤਾ, ਉਹਨੇ ਆਖਿਆ ਸ਼ਰੀਕਾਂ ਨੇ ਮੈਨੂੰ, ਇਹਨਾਂ ਨੇ ਮੇਰੀ ਬਾਂਹ ਨਹੀਂ ਫੜੀ, ਮੇਰੀ ਜਨਾਨੀ ਗਈ, ਮੇਰੇ ਨਿੱਕੇ ਬੱਚੇ ਹੀ, ਮੇਰੇ ਕੀ ਲੱਗਦੇ ਭਤੀਜੇ। ਬਸ ਉਹਨੇ ਚੁੱਪ ਕਰਕੇ ਪਤਾ ਹੀ ਲੱਗਣ ਦਿੱਤਾ, ਉਹਨੇ ਸਭ ਕੁਛ 3 ਧੀਆਂ ਦੇ ਦਿੱਤਾ। ਦੇਖ ਕੁੜੀ ਨੂੰ ਘਰ ਰਹਿੰਦੀ ਹੈ, ਉਹਦੀ ਸੇਵਾ ਕਰ ਰਹੀ, ਦੂਜੀਆਂ ਦੂਰ ਦੂਰ ਨੇ। ਉਹਨੂੰ ਥੋੜਾ ਜ਼ਿਆਦਾ ਦਿੱਤਾ, ਭੈਣ ਮੇਰੇ ਸਾਹਿਬ ਜਿੰਨ ਚਿਰ ਪਿਓ ਜਿਉਂਦਾ ਇਹਦੀ ਸੇਵਾ ਕਰੋ। ਉਸ ਬੰਦੇ ਨੂੰ ਦਵਾਈ ਚਾਹੀਦੀ, ਕਿ ਦਵਾਈ ਲੈ ਲਵੇ ਨਾ, ਉਹ ਕੁੜੀਆਂ ਚੁੱਪ ਨਾ ਕਰਨ, ਬਿਲਕੁਲ ਨਾ ਕਰਨ, ਬੜੇ ਪਸਾਦ ਪੈਂਦੇ ਨੇ। ਅੱਜ ਉਹ ਤਾਂ ਜਾਇਦਾਦ ਦੇ ਜਾਵੇਗਾ, ਕੱਲ ਨੂੰ ਉਹਦੀ ਪਿਓ ਦੀ ਡੈਥ ਹੋ ਜਾਂਦੀ, ਮਗਰ ਉਹ ਕਿੰਨੇ ਕਿੰਨੇ ਵੈਰ ਵਜਨ, ਕਿੰਨੀਆਂ ਲੜਾਈਆਂ ਪੈਣੀਆਂ, ਤੇ ਹੁਣ ਵੀ ਪੈਣਗੀਆਂ। ਉਹ ਕੁੜੀਆਂ ਚੁੱਪ ਨਾ ਕਰਨ, ਆਪਣੇ ਨਾਨਕੇ, ਆਪਣੇ ਪਿੰਡ ਚੋਂ ਬੰਦੇ, ਕੋਈ ਸਰਪੰਚ, ਕੋਈ ਹੋਰ, ਵੀ ਸਾਡੇ ਡੈਡੀ ਨੂੰ ਸਮਝਾਓ ਇਹ ਐਵੇਂ ਕਿਉਂ ਕਰ ਰਿਹਾ। ਉਹਦੇ ਦਿਮਾਗ ਜਿਹੜਾ ਹੈ ਨਾ, ਉਹ ਉਹਨਾਂ ਨੇ ਆਊਟ ਕੀਤਾ, ਜਿਹੜੇ ਉਹ ਭਤੀਜੇ ਨੇ। ਇੰਨੇ ਮਾਂ ਬਾਪ ਮਾੜੇ ਨਹੀਂ ਹੁੰਦੇ ਬੇਟਾ, ਹਰ ਕਿਸੇ ਨੂੰ ਬੱਚੇ ਪਿਆਰੇ ਨੇ। ਢਿੱਡ ਦੀ ਜਿਹੜੀ ਚਿੜੀ ਦਾ ਬਹੁਤ ਵੀ ਪਿਆਰਾ ਹੁੰਦਾ, ਉਹ ਧੀਆਂ ਨੇ, ਹੈਨਾ। ਬਾਕੀ ਇਹ ਕੁੜੀਆਂ ਚੁੱਪ ਨਾ ਕਰਨ, ਇੱਕੇ ਦੋ ਤਿੰਨ ਆਪਾਂ ਨਹੀਂ ਪਤਾ। ਦੂਜੀ ਗੱਲ ਚੁੱਪ ਨਾ ਕਰਨ, ਬਿਲਕੁਲ ਉਹਨੂੰ ਸਮਝਾਉਣ, ਪਿਓ ਨੂੰ ਬਹਿ ਕੇ ਇਕੱਲਾ ਨਹੀਂ ਸਮਝਦਾ ਤੇ ਫਿਰ ਕਰਦੇ ਸਾਰੇ ਰਿਸ਼ਤੇਦਾਰ ਇਕੱਠੇ ਕਰਨ ਵੀ ਹੱਕਦਾਰ ਅਸੀਂ ਇੰਨੀਆਂ ਧੀਆਂ, ਸ਼ਰੀਕ ਕੌਣ ਹੁੰਦੇ ਨੇ। ਸ਼ਰੀਕ ਉਹਨੇ ਕਿਹਾ ਕੰਧ ਡਿੱਗ ਪਵੇ, ਸ਼ਰੀਕ ਕਹਿੰਦਾ ਮੈਂ ਥੱਲੇ ਆ ਜਾ, ਸ਼ਰੀਕ ਮਰਜੇ ਸਭ ਕੁਛ ਮੈਨੂੰ ਮਿਲ ਜਾਏ, ਸ਼ਰੀਕ ਤਾਂ ਹੁੰਦਾ ਕੋਈ ਚੰਗਾ ਨੀ। ਧੀਆਂ ਦਾ ਆ ਕੇ ਬਿਲਕੁਲ ਲੈ ਕੇ ਛੱਡਣ, ਮੇਰੇ ਵਰਗੀ ਉੱਥੇ ਕੋਲ ਹੋਵੇ ਨਾ, ਉਹਨੂੰ ਸਮਝਾਵੇ ਤੇਰੀਆਂ ਧੀਆਂ ਦੇ ਤੂੰ ਸ਼ਰੀਕਾਂ ਦੇ ਕੇ ਛਿੱਤਰ ਖਾਣੇ, ਬਲਕਿ ਤੇਰਾ ਤਾਂ ਉਹਨਾਂ ਨੇ ਭੋਗ ਨੀ ਪਾਉਣਾ ਮਰੇ ਦਾ। ਓਕੇ ਆਂਟੀ, ਓਕੇ, ਠੀਕ ਹੈ ਜੀ, ਬਹੁਤ ਵਧੀਆ। ਬਟ ਉਹੀ ਹੈ ਕਿ ਯੂ ਨੋ ਇਟਸ ਹਾਰਡ, ਇਟਸ ਰੀਅਲੀ ਹਾਰਡ। ਆਈ ਡੋਂਟ ਥਿੰਕ ਉਹ ਜਿਸ ਤਰ੍ਹਾਂ ਹਾਰਟ ਬਰੋਕਨ ਹੋ ਕੇ ਸ਼ਹਿਰ ਛੋੜ ਕੇ ਆ ਗਏ, ਉਹ ਜਾ ਕੇ ਉਸ ਚੀਜ਼ ਪਿੱਛੇ ਲੜਨਗੇ ਪਿਓ ਦੇ ਜਿੰਦੇ, ਲੱਗਦਾ ਨਹੀਂ। ਜਿਸ ਤਰ੍ਹਾਂ ਗੱਲ ਕਰ ਰਹੀ ਸੀ ਉਹ ਪਰਸਨੈਲਿਟੀ ਨਹੀਂ ਲੱਗੀ ਮੈਨੂੰ। ਬਟ ਪਲੀਜ਼ ਕੀਪ ਕਾਲਿੰਗ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਵੈਲਕਮ ਬੈਕ, ਸਾਰਿਆਂ ਦਾ ਸਵਾਗਤ ਹੈ। ਗੱਲ ਹੋ ਰਹੀ ਹੈ ਪ੍ਰੋਪਰਟੀ ਦੇ ਬਾਰੇ। ਕੁੜੀ ਬਹੁਤ ਹਰਟ ਹੈ ਕਿਉਂਕਿ ਉਹਨੂੰ ਇੰਝ ਲੱਗਦਾ ਕਿ ਜਿਵੇਂ ਮੇਰੀ ਕੋਈ ਹੈਸੀਅਤ ਹੀ ਨਹੀਂ ਹੈ, ਬਿਲਕੁਲ ਬੱਚਾ ਹੀ ਆਪਣਾ ਨਹੀਂ ਸਮਝਿਆ, ਆਪਣੀ ਔਲਾਦ ਹੀ ਨਹੀਂ ਸਮਝਿਆ, ਕਿ ਸਭ ਕੁਛ ਕਰਨ ਦੇ ਬਾਵਜੂਦ ਕੋਈ ਗਿਲਾ ਸ਼ਿਕਵਾ ਨਹੀਂ, ਕਦੀ ਮੌਕਾ ਨਹੀਂ ਦਿੱਤਾ ਕੰਪਲੇਨ ਦਾ। ਬਟ ਫਿਰ ਵੀ ਪੇਰੈਂਟਸ ਦੋਨੋਂ ਹੈਗੇ ਹੈ, ਇਹ ਵੀ ਨਹੀਂ ਉਹ ਜਿਸ ਤਰ੍ਹਾਂ ਕਿਸੇ ਇੱਕ ਵਿਊਅਰ ਨੇ ਕਿਹਾ ਸੀ ਕਿ ਬਈ ਮਾਂ ਹੀ ਮੱਤ ਦੇ ਦਿੰਦੀ, ਕੋਈ ਹੋਰ ਹੀ ਦੇ ਦਿੰਦਾ। ਬਟ ਉਹ ਇੰਝ ਲੱਗ ਰਿਹਾ ਉਹਨਾਂ ਨੂੰ ਕਿ ਉਹ ਨੈਫਿਊ ਬਾਰੇ ਸੋਚਣਗੇ, ਮੈਂ ਆਪਣਾ ਇਹ ਮਕਾਨ ਆਪਣਾ ਉਹ। ਬਟ ਐਨੀਵੇ, ਕੀ ਕਹਿੰਦੇ ਹੋ? ਇਸ ਤੋਂ ਪਹਿਲੇ ਕਿ ਮੈਂ ਹੋਰ ਕਾਲਸ ਲਾਂ, ਮੈਂ ਜ਼ਰੂਰ ਦੱਸਦਾ ਕਿ ਕੱਲ੍ਹ ਸਾਡੇ ਕੋਲ ਇੱਕ ਯੂਨੋ ਜਿਹੜੇ ਗੈਸਟ ਆ ਰਹੇ ਨੇ, ਉਹ 30 Under 30, ਮਤਲਬ ਇੱਕ ਫੋਰਬਸ ਮੈਗਜ਼ੀਨ ਕੱਢਦੀ ਹੈ ਐਂਟਰਪ੍ਰੋਨਿਅਰਸ ਜਿਹੜੇ ਕਿ ਅੰਡਰ 30 ਈਅਰਸ ਓਲਡ, ਜਿਹੜੇ ਕਿ ਹੂ ਮੇਡ ਸਮਥਿੰਗ ਬਿਗ, ਯੂ ਨੋ ਦ ਮੇਡ ਦੇਅਰ ਨੇਮ, ਜਾਣਦੇ ਹੈ ਲੋਕ ਉਹਨਾਂ ਨੂੰ, ਐਂਡ ਉਹਨਾਂ ਨੇ ਕੁਛ ਕ੍ਰੀਏਟ ਕੀਤਾ। ਸੋ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਹੈਗਾ, ਔਰ ਉਹ ਕਾਫੀ ਸਸਟੇਨੇਬਲ ਫਿਊਚਰ ਵਾਸਤੇ ਕੰਮ ਕਰ ਰਹੇ ਹੈ ਕਿ ਯੂ ਨੋ ਐਨਰਜੀ, ਰਿਨਿਊਏਬਲ ਐਨਰਜੀ, ਔਰ ਉਹਦੇ ਵਾਸਤੇ, ਐਂਡ ਬਹੁਤ ਮੋਟੀਵੇਸ਼ਨਲ ਸਪੀਕਰ ਵੀ ਹੈ ਕਿਉਂਕਿ ਇੰਨੇ ਯੰਗ ਏਜ ਵਿੱਚ ਉਹਨਾਂ ਨੇ ਇਹ ਚੀਜ਼ ਕੀਤੀ ਕਿ ਕਾਲਜਿਸ ਉਹਨਾਂ ਨੂੰ ਬੁਲਾਉਂਦੇ ਨੇ, ਬੜੇ ਬੜੇ ਵੱਡੇ ਵੱਡੇ ਯੂ ਨੋ ਈਵਨ US ਵਗੈਰਾ ਵਿੱਚ ਡਿਫਰੈਂਟ ਯੂਨੀਵਰਸਿਟੀਜ਼ ਉਹ ਜਾ ਕੇ ਆਏ ਨੇ ਟੂ ਸਪੀਕ ਟੂ ਸਟੂਡੈਂਟਸ ਕਿ ਹਾਂ ਕਿਸ ਤਰ੍ਹਾਂ ਆਪਣਾ ਪੈਸ਼ਨ ਨੂੰ ਕਿਵੇਂ ਤੁਸੀਂ ਫੋਲੋ ਕਰਨਾ ਹੈ। ਸੋ ਹੀ ਇਜ਼ ਅ ਮੋਟੀਵੇਸ਼ਨਲ ਸਪੀਕਰ ਟੂ। ਸੋ ਉਹ ਸਾਡੇ ਇੱਥੇ ਗੈਸਟ ਹੋਣਗੇ, ਤੁਸੀਂ ਜ਼ਰੂਰ ਕਾਲ ਕਰਿਓ, ਉਹਨਾਂ ਨਾਲ ਗੱਲ ਕਰਿਓ। ਕਮਿੰਗ ਬੈਕ ਟੂ ਟੂਡੇਜ਼ ਟੋਪਿਕ, ਲੈਟ ਮੀ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਓਕੇ, ਲੈਟ ਮੀ ਸੀ, ਹੈਲੋ, ਕਾਲ ਪਲੀਜ਼ ਦੁਬਾਰਾ ਮਿਲਾਓ, ਮੇ ਬੀ ਆਈ ਡ੍ਰੋਪ ਦ ਕਾਲ, ਸੋ ਲੈਟਸ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਲੱਜਾਵੰਤੀ ਬੋਲ। ਹਾਂਜੀ ਲੱਜਾਵੰਤੀ ਜੀ, ਦੱਸੋ। ਮੇਰਾ ਮਤਲਬ ਕੀ ਵਿਚਾਰ ਆ, ਇਹਨੂੰ ਮਤਲਬ ਇਸ ਭਾਜੀ ਨੂੰ, ਮਤਲਬ ਇਹ ਭਾ ਨੂੰ ਧੀਆਂ ਨੂੰ ਦੇਣਾ ਚਾਹੀਦਾ ਆ। ਭਤੀਜੇ ਤੀਜੇ ਬਣ ਜਾਂਦੇ, ਕੋਈ ਨੀ ਭਤੀਜਾ ਪੁੱਛਦਾ ਹੁਣ ਅੱਜ ਕੱਲ, ਅੱਗੇ ਸੀ ਪਿਛਲੇ ਜਮਾਨੇ ਹੋਰ,
ਹੁਣ ਦੇ ਜਮਾਨੇ ਚ ਆ ਵੀ ਧੀਆਂ ਅਰਥੀ ਵੀ ਧੀਆਂ ਸੰਭਾਲਦੀਆਂ, ਅਗਨੀ ਵੀ ਧੀਆਂ ਹੀ ਦਿੰਦੀਆਂ, ਕੋਈ ਐਸੀ ਗੱਲ ਨੀ ਹੋਣਾ ਜੀ। ਸੋ ਲਜਾਵੰਤੀ ਜੀ ਪਹਿਲੇ ਇਹ ਚਲਨ ਸੀਗਾ ਜੇ ਪੁੱਤਰ ਨਾ ਹੋਏ ਤੇ ਭਤੀਜੇ ਨੂੰ ਦੇ ਦੇਈਦਾ ਸੀ, ਪਹਿਲੇ ਸੀਗਾ ਪਹਿਲਾਂ ਦੇ ਦੂ ਦਿੰਦੇ ਸੀ ਪਰ ਪੁੱਛਦੇ ਪੁੱਛਦੇ ਕੋਈ ਨੀ ਸੀ, ਅਗਲੇ ਲੈ ਕੇ ਪਾਸੇ ਹੋ ਜਾਂਦੇ ਸੀ, ਧੱਕੇ ਖਾਣ ਹੁੰਦਾ ਸੀ, ਕੋਈ ਨੀ ਸੀ ਭਤੀਜੇ ਭਤੁਜੇ ਪੁੱਛਦੇ। ਅੱਛਾ ਉਹ ਤੇ ਹੈ, ਬਟ ਇਹ ਚਲਨ ਸੀਗਾ ਪਹਿਲੇ ਵੀ ਚਲਨ ਸੀਗਾ, ਮਤਲਬ ਪੁਰਾਣਾ ਚਲਨ ਹੈਗਾ ਜਿਹੜਾ ਮੈਨੂੰ ਨੀ ਸਮਝ ਆ ਰਿਹਾ ਕਿ ਕਿਉਂ, ਪਰ ਆਪਣਾ ਬੱਚੇ ਨੂੰ ਚਲਨ ਇਹ ਆ ਵੀ ਅੱਗੇ ਕਹਿਣਾ ਮਤਲਬ ਕੁੜੀਆਂ ਨੇ ਵੀ ਕਹਿਣਾ ਸਾਡੇ ਨੇ ਤਾਏ ਚਾਚੇ ਦੇ ਮੁੰਡੇ ਆ, ਸਾਡੇ ਸਾਡਾ ਪੇਕਾ ਘਰ ਬਣਿਆ ਰਵੇ, ਸਾਡਾ ਬੂਹਾ ਖੁੱਲਾ ਰਵੇ। ਹੁਣ ਹੁਣ ਉਹ ਜਮਾਨੇ ਨੀ ਰਹਿ ਹੈਗੇ, ਹੁਣ ਟਾਈਮ ਬਹੁਤ ਬਦਲ ਕੇ ਆਇਆ। ਤੇ ਹੁਣ ਦੀ ਹੁਣ ਦੀ ਇਹਨੂੰ ਧੀਆਂ ਨੂੰ ਦੇ ਦੇਣਾ ਚਾਹੀਦਾ, ਧੀ ਜਿਹੜੀ ਕੋਲ ਇੱਕ ਰਵੇ ਇਹਦੀ ਸੇਵਾ ਕਰੇ, ਡਿੱਗਦੇ ਟੱਟੇ ਨੂੰ ਧੀਆਂ ਹੀ ਪੁੱਛਣਾ, ਕਿਸੇ ਭਣੀ ਨੂੰ ਕਿਸੇ ਨੀ ਪੁੱਛਣਾ ਹੈਗਾ। ਉਹ ਤਾਂ ਕਹਿੰਦੇ ਪਹਿਲੇ ਜਦੋਂ ਸੀਗਾ ਭਰਾ 15 ਸਾਲ ਵੱਡਾ, ਉਹਨੇ ਤਾਂ ਹੁੰਦਿਆਂ ਨੀ ਦੇਖਿਆ, ਵਿੱਚ ਰਹਿੰਦਿਆਂ ਨੀ ਦੇਖਿਆ। ਹੁਣ ਹੁਣ ਜੇ ਉਹਨੇ ਹੁੰਦਿਆਂ ਨੀ ਦੇਖਿਆ ਤਾਂ ਹੁਣ ਕੀ ਦੇਖਣਾ, ਇਹ ਤਾਂ ਅਕਲ ਕਰੇ ਤਾਂ ਧੀਆਂ ਨੂੰ ਦੇਵੇ, ਧੀ ਰੱਖੇ ਇੱਕ ਕੋਲ ਜਾਂ ਦੋ ਜਾਂ ਤਿੰਨ ਜਾਂ ਜਿੰਨੀਆਂ ਵੀ ਮਤਲਬ ਲੈ ਗਿਆ, ਪਰ ਤੁਸੀਂ ਨੂੰ ਕੋਲ ਰੱਖੇ। ਤੁਸੀਂ ਕਦੀ ਹੋਰ ਦੇਖਿਆ ਇੰਜ ਕਿ ਇੰਨਾ ਪ੍ਰੈਫਰੈਂਸ ਮਿਲੀ ਹੋਏ ਮੁੰਡਿਆਂ ਨੂੰ ਕੁੜੀਆਂ ਦੀ ਜਗ੍ਹਾ ਜਦੋਂ ਪ੍ਰੋਪਰਟੀ ਨੂੰ ਅੱਗੇ ਗੱਲ ਹੋ ਰਹੀ ਹੁੰਦੀ ਹੈ? ਦੇਖਿਆ ਹੋਇਆ ਸੀ ਬਹੁਤ ਜੀ, ਆ ਗੱਲ ਕਰਵੇ ਨਾਲ। ਹਾਂਜੀ ਹਾਂਜੀ ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤੁਹਾਨੂੰ ਗੱਲ ਸਾਂ, ਸਾਡਾ ਪਿੰਡ ਜਗਤਪੁਰ ਜੱਟਾਂ ਆ, ਹਾਂਜੀ ਫੁਆੜੇ ਨਾਲ ਆ, ਓਕੇ ਫੁਆੜੇ ਨਾਲ। ਅੱਛਾ ਉਹ ਸਾਡੇ ਫੁਆੜੇ ਦੇ ਨਾਲ ਹਰੀਆਬਾਦ ਦੇ ਨਾਲ ਇੱਕ ਨਵੇਂ ਪਿੰਡ ਦੀ ਲੜਕੀ ਸੀ, ਉਹ ਸਾਡੇ ਪਿੰਡ ਦੀ ਆਈ ਸੀ। ਅੱਛਾ ਜੀ। ਤੇ ਉਹ ਲੜਕੀ ਦੇ ਵਿਆਹੀ ਸੀ, ਉਹ ਲੜਕਾ ਕੋਈ ਨੀ, ਤਿੰਨੇ ਲੜਕੀਆਂ ਸੀ। ਠੀਕ ਹੈ। ਉਹ ਤਿੰਨੇ ਲੜਕੀਆਂ ਨੇ ਉਹਦੇ ਜਿਹੜੇ ਅਗਾ ਜਿਹੜੇ ਦਿਓਰ ਜੇਠ ਦੇ ਮੁੰਡੇ ਸੀ, ਉਹਨਾਂ ਨੇ ਲੜਕੀਆਂ ਦੀ ਬਾਤ ਨੀ ਪੁੱਛੀ, ਉਹਨੇ ਆਪਣੇ 9 ਕਿੱਲੇ ਜ਼ਮੀਨ ਆਪਣੀ ਧੀਆਂ ਨੂੰ ਦਿੱਤੇ। ਉਹ ਦੋਵੇਂ ਮਤਲਬ ਮਰ ਗਏ। ਅੱਛਾ ਉਹਦੇ ਨਾਨਕੇ ਜਿਹੜੇ ਆ ਉਹ ਇੰਗਲੈਂਡੀਆ ਨਾਨਕੇ ਵੀ ਨੀ ਪੁੱਛਦੇ ਕੁੜੀਆਂ ਦੇ, ਤੇ ਉਹ ਕੁੜੀਆਂ ਆਪਣੇ ਘਰ ਚ ਬਸੀਆਂ ਨੇ, ਘਰ ਵੀ ਉਹਨਾਂ ਦੇ ਗਏ ਨੇ ਤੇ ਜ਼ਮੀਨ ਵੀ ਉਹਨਾਂ ਨੂੰ ਦੇ ਗਏ ਨੇ, ਤੇ ਜਿਹੜੇ ਉਹਦੇ ਤਾਏ ਚਾਚੇ ਦੇ ਮੁੰਡੇ ਨੇ ਉਹ ਨੀ ਉਹਨਾਂ ਦੀ ਬਾਤ ਪੁੱਛਦੇ। ਉਹੀ ਹੈ ਨਾ, ਇਦਾਂ ਇਧਰੋਂ ਮਿਲਿਆ ਨਾ, ਕਈ ਵਾਰੀ ਉਹ ਸੱਚੀਆਂ ਰੋਂਦੀਆਂ ਨਾ, ਫਿਰ ਨਾ ਪੇਕਿਆਂ ਨੇ ਕਿਹਾ ਕਿ ਤੁਸੀਂ ਤੇ ਦੂਜੇ ਘਰ ਦੇ ਹੋ ਤੇ ਉਹ ਕਹਿੰਦੇ ਕਿ ਤੁਸੀਂ ਪਰਾਈਆਂ ਹੋ, ਤੇ ਉਹ ਹੈ ਕਿੱਥੇ ਦੀਆਂ ਐ ਤਾਂ ਸਮਝ ਨਹੀਂ ਆਉਂਦੀ ਉਹਨਾਂ ਨੂੰ। ਕੋਈ ਗੱਲ ਹੈ ਨਾ, ਹੁਣ ਉਹਨਾਂ ਦੇ ਨਾਲ ਹੀ ਇੱਕ ਘਰ ਹੋਰ ਸੀ, ਉਹਨਾਂ ਦੇ ਇੱਕ ਦੋ ਹੀ ਕੁੜੀਆਂ ਸੀ, ਔਰ ਉਹਦੇ ਤਾਏ ਚਾਚੇ ਦੇ ਮੁੰਡੇ ਚਾਰ ਭਰਾ ਸੀ, ਉਹ ਜਿਹੜੇ ਨਾ ਉਹਦੇ ਤਾਏ ਚਾਚੇ ਚਾਰ ਭਰਾ ਸੀ, ਉਹਨਾਂ ਦਾ ਮੁੰਡਾ ਕੋਈ ਨੀ, ਉਹਨੇ ਵੀ ਆਪਣੀ ਜ਼ਮੀਨ ਮਤਲਬ ਉਹਨਾਂ ਤੇ ਨੇ ਕੁੜੀਆਂ ਦਿੱਤੀ, ਉਹ ਤਾਇਆ ਚਾਚਿਆਂ ਨੇ ਉਹ ਕੁੜੀਆਂ ਦੀ ਨਾ ਉਹਦੇ ਭਰਾਵਾਂ ਨਾ ਤਾ ਚਾਚਿਆਂ ਨੇ ਸੁਣਾ ਨਹੀਂ ਕੀਤੀ ਕੁੜੀਆਂ ਦੀ। ਹਾਂ ਉਹੀ ਹੈ ਨਾ, ਆਪਣੇ ਵੱਲੋਂ ਆਪ ਤਾਂ ਬੰਦਾ ਕਰਕੇ ਜਾਏ, ਆਪ ਨਹੀਂ ਤੁਸੀਂ ਉਹਦੇ ਬਾਰੇ ਸੋਚ ਰਹੇ ਤੇ ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਕੋਈ ਹੋਰ ਉਹਨਾਂ ਬਾਰੇ ਸੋਚੇਗਾ। ਹਾਂ ਫੇ ਜੀ ਨਾ ਜੀ, ਠੀਕ ਹੈ ਜੀ। ਸੋ ਤੁਹਾਡੇ ਹਿਸਾਬ ਨਾਲ ਇਹ ਗਲਤ ਹੈ ਬਿਲਕੁਲ। ਮੈਂ ਆਪਣੀ ਗੱਲ ਸੁਣਾਂਗਾ। ਹਾਂਜੀ ਅਸੀਂ ਤਿੰਨ ਭਰਾ ਆ। ਹਾਂ ਮੇਰੇ ਛੋਟੇ ਭਰਾ ਦੇ ਕੁੜੀ ਆ, ਵਿਚਕਾਰ ਦੇ ਭਰਾ ਦੇ ਦੋ ਹੀ ਮੁੰਡੇ ਆ, ਔਰ ਉਹ ਪ੍ਰੋਫੈਸਰ ਹੈ ਭਰਜਾਈ ਸਾਡੀ, ਤੇ ਭਰਾ ਸਾਡਾ ਹੈਡਮਾਸਟਰ ਰਿਟਾਇਰ ਹੋਇਆ। ਅੱਛਾ ਮੇਰੇ ਨਾਲ ਉਹ ਬੋਲਬਾਣੀ ਕਿਉਂ ਰੱਖਦੇ, ਮੇਰੀਆਂ ਤਿੰਨ ਲੜਕੀਆਂ ਨੇ, ਮੈਂ ਅਮਰੀਕੇ ਚ ਬੈਠਾ ਹੁਣ, ਮੈਨੂੰ ਪੈਨਸ਼ਨ ਲੱਗੀ, ਮੇਰੇ ਕੋਲ ਸਭ ਕੁਝ ਹੈ, ਲੇਕਿਨ ਮੇਰੇ ਉਹ ਮੇਰੀ ਮਦਦ ਕਰਨ ਦੀ ਬਜਾਏ ਉਹ ਕਹਿੰਦੇ ਤੇਰੀ ਕੁੜੀਆਂ ਸੀ, ਅਸੀਂ ਕਿਉਂ ਤੇਰੀ ਕੁੜੀਆਂ ਚਾਲੂ ਬਣੀਏ, ਇਸ ਕਰਕੇ ਮੇਰੇ ਨਾਲ ਵੀ ਬੋਲਬਾਣੀ ਬੰਦ ਕੀਤੀ ਉਹਨਾਂ ਨੇ। ਦੈਟਸ ਸੋ ਸੈਡ ਕਿ ਕੁੜੀਆਂ ਦਾ ਬਹੁਤ ਬਹੁਤ ਦੁੱਖ ਹੁੰਦਾ। ਥੈਂਕ ਯੂ ਸੋ ਮਚ, ਤੁਸੀਂ ਆਪਣੀ ਸ਼ੇਅਰ ਕੀਤੀ ਗੱਲ, ਥੈਂਕ ਯੂ ਵੈਰੀ ਮਚ। ਬਿਲਕੁਲ ਬਹੁਤ ਅਫਸੋਸ ਦੀ ਗੱਲ ਹੈ ਕਿ ਮਤਲਬ ਜਸਟ ਬਿਕੋਜ਼ ਕੁੜੀਆਂ, ਆਈ ਰੀਅਲੀ ਡੋਂਟ ਅੰਡਰਸਟੈਂਡ ਦਿਸ ਵਰਲਡ। ਆਈ ਨੋ ਕਿਸੇ ਕਿਸੇ ਜਗ੍ਹਾ 'ਤੇ ਜੋ ਕੰਪਟੀਸ਼ਨ ਜਾਂਦੀ ਹੈ, ਮੈਂ ਅਕਸਰ ਡਿਸਕਸ਼ਨ 'ਚ ਕਹਿੰਦੀ ਹਾਂ ਕਿ ਵੁਮੈਨਸ ਲਿਪ ਬੜੀ ਡਿਫਰੈਂਟ ਸ਼ੇਪ ਲੈ ਰਹੀ ਹੈ, ਰਾਈਟ ਔਰ ਰੋਂਗ ਦੀ ਗੱਲ ਨਹੀਂ ਹੈ, ਇੱਕ ਟਰਾਂਸਫੋਰਮੇਸ਼ਨ ਹੋ ਰਹੀ ਹੈ ਜਿਹੜੀ ਉਸ ਫੇਜ਼ ਦੇ ਵਿੱਚ ਹੈ ਕਿ ਕਈ ਵਾਰੀ ਅਸੀਂ ਆਪਣੀ ਨਰਚਰ ਕਰਨ ਵਾਲੀ ਪਰਸਨੈਲਿਟੀ ਜਿਹੜੀ ਹੈ ਨਾ ਉਹ ਭੁੱਲ ਜਾਂਦੇ ਹਾਂ, ਅਤੇ ਉਹਨੂੰ ਅਸੀਂ ਕਿਸੇ ਤਰ੍ਹਾਂ ਹੋਰ ਲੈਂਦੇ ਹਾਂ ਕਿ ਅਸੀਂ ਵੀ ਉਹੀ ਕਰਨਾ ਜੋ ਬੰਦੇ ਕਰਨੇ ਹਾਂ। ਸੋ ਦੇ ਸ਼ੁੱਡ ਬੀ ਅ ਬੈਲੈਂਸ, ਬਟ ਇਹ ਗੱਲ ਤਾਂ ਬਿਲਕੁਲ ਡਿਫਰੈਂਟ ਹੈ ਕਿ ਹੱਕ ਕਿਹਦਾ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੁਸੀਂ ਕਿਤੇ ਨਾ ਜਾਇਓ, ਕਾਲ ਕਰਦੇ ਰਹੋ।
ਵੈਲਕਮ ਬੈਕ। ਠੀਕ ਹੈ, ਸਾਰਿਆਂ ਦਾ ਇੱਕੋ ਹੀ ਮਤ ਹੈ, ਕੋਈ ਦੋ ਮਤ ਨਹੀਂ ਮਿਲੀਆਂ ਸਾਨੂੰ ਕਿ ਗਲਤ ਹੈ। ਸੋ ਆਈ ਥਿੰਕ ਗਰਲਸ ਸ਼ੁੱਡ ਸੀ ਕਿ ਉਹਨਾਂ ਨੇ ਕੀ ਕਰਨਾ, ਉਹਨਾਂ ਦਾ ਹੱਕ ਆਪਣੀ ਉਹਨਾਂ ਦੀ ਉਹ ਹੈ। ਹਮੇਸ਼ਾ ਅਸੀਂ ਕਹੀਦਾ ਕਿ ਹਾਂਜੀ ਹੱਕ ਵਾਸਤੇ ਲੜੋ, ਉਹ ਕਰੋ, ਪਰ ਇੱਕ ਪਰਸਨੈਲਿਟੀ ਟਾਈਪ ਵੀ ਹੁੰਦੀ ਹੈ। ਮੈਨੂੰ ਲੱਗਦਾ ਇੱਕ ਕੋਰਟਾਂ ਕਚਹਿਰੀਆਂ ਦੇ ਚੱਕਰਾਂ ਨਾਲੋਂ ਕਈ ਬੰਦੇ ਮੇਰੇ ਵਰਗੇ ਹੋਣਗੇ, ਉਹ ਕਹਿਣਗੇ ਉਹ ਸਾਰੀ ਉਮਰ ਲੱਗੇ ਰਹਿਣ ਨੂੰ, ਆਪ ਘੁਮਾ ਲਾਂਗੇ, ਦੁੱਖ ਹੈ ਸ਼ਾਇਦ ਰਹੇਗਾ ਉਹ, ਪਰ ਯੂ ਮੂਵ ਔਨ, ਯੂ ਨੋ ਯੂ ਫੋਰਗਿਵ ਐਂਡ ਯੂ ਸੇ ਫੋਰਗੈਟ ਇਟ, ਦੇ ਡਿਡਨਟ ਨੋ ਬੈਟਰ। ਬਟ ਐਨੀਵੇਜ਼, ਜਿਹਨਾਂ ਹੱਕ ਹੈਗਾ ਸੋ ਜ਼ਰੂਰ ਲੜਨਾ ਚਾਹੀਦਾ, ਅਗਰ ਯੂ ਨੋ ਕਪੈਸਿਟੀ ਹੈ, ਕੋਈ ਜਾਣ ਪਛਾਣ ਹੈ, ਪੂਰੀ ਨੌਲੇਜ ਦੇ ਨਾਲ ਅੱਗੇ। ਬਟ ਓਵਰਆਲ ਡੈਫੀਨੇਟਲੀ ਇਹ ਜਿਹੜਾ ਹੈ ਨਾ ਕੋਨਸੈਪਟ ਲੈਵਲ 'ਤੇ ਗਲਤ ਹੈ ਕਿ ਤੁਸੀਂ ਧੀਆਂ ਨੂੰ ਸਮਝੋ ਹੀ ਨਾ, ਔਰ ਕਿਹੜਾ ਜ਼ਮਾਨੇ 'ਚ ਉਹ, ਹੁਣ ਪਲੀਜ਼ ਮੂਵ ਔਨ, ਯੂ ਨੋ ਕਰਨ ਵਾਸਤੇ ਸਭ ਧੀਆਂ ਨੂੰ ਯਾਦ ਕਰਨ, ਔਰ ਵੰਡਣ ਵੇਲੇ ਸਿਰਫ ਪੁੱਤਰ, ਉਹ ਪੁੱਤਰ ਜਿਹੜੇ ਭਾਵੇਂ ਪੁੱਛਣ ਹੀ ਨਾ ਕਦੀ। ਬਟ ਐਨੀਵੇ, ਦਿਸ ਇਜ਼ ਲਾਈਫ ਐਂਡ ਵਰਲਡ ਵਿਲ ਕੀਪ ਮੂਵਿੰਗ ਔਨ, ਐਂਡ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਸੰਸਾਰ ਹੈ, ਸੁਸਾਇਟੀ ਮੂਵ ਕਰ ਰਹੀ ਹੈ, ਕੁਛ ਉੱਚੇ ਯੂ ਨੋ ਇੱਕ ਕੌਨਸ਼ੀਅਸਨੈਸ ਥੋੜ੍ਹੀ ਰੇਜ਼ ਹੋਏ ਕਿ ਬਈ ਸਾਰੇ ਇੱਕੋ ਜਿਹੇ, ਜਿਹੜਾ ਰੱਬ ਵੱਸਦਾ ਉਹ ਸਾਰਿਆਂ 'ਚ ਇੱਕੋ ਜਿਹਾ ਵੱਸਦਾ, ਔਰ ਕਿਸੇ ਦਾ ਕੋਈ ਕਸੂਰ ਨਹੀਂ, ਕਿਹੜੇ ਜੈਂਡਰ 'ਚ ਆਇਆ, ਕੌਣ ਕਿੰਨੇ ਨਾਲ ਪਿਆਰ ਕਰਦਾ। ਸੋ ਆਈ ਥਿੰਕ ਇਹ ਤਾਂ ਬੜੀ ਐਲੀਮੈਂਟਰੀ ਰੂਡੀਮੈਂਟਰੀ ਲੈਵਲ 'ਤੇ ਇੱਕ ਡਿਸਕ੍ਰਿਮੀਨੇਸ਼ਨ ਹੋ ਗਈ ਹੈ। ਇਹ ਜਿਹੜਾ ਹੁਣ ਹਰ ਬੰਦਾ, ਹਰ ਇਨਸਾਨ ਜਿਹੜਾ ਸੇਮ ਹੈ, ਉਸ ਵੱਲ ਅਸੀਂ ਤੁਰ ਰਹੇ ਹਾਂ। ਬਟ ਐਨੀਵੇ, ਕਮਿੰਗ ਜਿਹੜਾ ਹੈਗਾ ਮੰਥ ਅਸੀਂ ਇੱਥੋਂ ਜਿਹੜਾ ਕਰਾਂਗੇ ਉਹ ਬੜੇ ਹੀ ਸਾਰੇ ਮੋਟੀਵੇਸ਼ਨਲ ਸਪੀਕਰਸ, ਔਰ ਤੁਹਾਨੂੰ ਖੂਬ ਅੱਛੀਆਂ ਗੱਲਾਂ ਜਿਹੜੀਆਂ ਕਹਿੰਦੇ ਨਾ ਕਿ ਇੱਕ ਦੂਜੇ ਤੋਂ ਸਾਨੂੰ ਇੱਕ ਐਨਰਜੀ ਮਿਲਦੀ ਹੈ ਟੂ ਗਰੋ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਕੌਨਸ਼ੀਅਸਨੈਸ ਨੂੰ ਗਰੋ ਕਰੀਏ, ਉੱਥੇ ਹੀ ਨਾ ਟਿਕੇ ਰਹੀਏ ਜਿੱਥੇ ਅਸੀਂ ਬੈਠੇ ਹਾਂ, ਫਿਰ ਕਾਹਦਾ ਉਹ ਰੱਬ ਨੇ ਜਾ ਕੇ ਵੀ ਪੁੱਛਣਾ, ਉਹ ਜਿਵੇਂ ਸੁਦਰਸ਼ਨ ਜੀ ਕਹਿੰਦੇ ਆ ਇੱਕੋ ਲਾਈਫ ਹੈ, ਮੌਜਾਂ ਕਰੋ, ਉਹਨੇ ਵੀ ਪੁੱਛਣਾ ਵੀ ਤੁਸੀਂ ਕੀ ਕੀਤਾ, ਜਿੱਥੇ ਬੈਠੇ ਸੀ ਉੱਥੇ ਹੀ ਬੈਠੇ ਰਹਿ ਗਏ, ਜੋ ਸੋਚ ਸੀਗੀ ਇੱਕ ਵਾਰੀ ਉਹਨੂੰ ਕੁਛ ਦੇਖਦੇ ਤਾਂ ਸਹੀ ਕਿ ਕੀ ਹੋ ਰਿਹਾ ਦੁਨੀਆ 'ਚ, ਅਤੇ ਜੀਂਦੇ ਤਾਂ ਸਹੀ ਉਸ ਜ਼ਿੰਦਗੀ ਨੂੰ। ਸੋ ਬੜੇ ਸਾਰੇ ਇਸ ਤਰ੍ਹਾਂ ਦੇ ਗੈਸ ਹੈਗੇ ਹੈ ਕਮਿੰਗ ਮੰਥ ਦੇ ਵਿੱਚ, ਸੋ ਅਸੀਂ ਡੈਡੀਕੇਟ ਕਰ ਰਹੇ ਹਾਂ ਪੂਰਾ ਨਵੰਬਰ ਮੰਥ, ਤਾਂ ਕਿ ਅਸੀਂ ਉਹ ਯੂ ਨੋ ਹੀਲਿੰਗ ਵਿੱਚ, ਸੈਲਫ ਹੈਲਥ ਬਾਰੇ ਐਂਡ ਮੋਟੀਵੇਸ਼ਨਲ, ਕਿ ਤੁਸੀਂ ਕੀ ਕਰੀਏ, ਕੋਈ ਬਚਪਨ ਤੋਂ ਲੈ ਕੇ ਪੇਰੈਂਟਸ ਦੇ ਵਾਸਤੇ, ਟੀਚਰਸ ਦੇ ਵਾਸਤੇ, ਕੀ ਅਸੀਂ ਐਜ਼ ਅ ਗੁੱਡ ਜੋ ਵੀ ਅਸੀਂ ਕਰੀਏ ਉਹ ਕਿੰਨਾ ਸੋਹਣੀ ਤਰ੍ਹਾਂ ਕਰੀਏ, ਪੈਸ਼ਨੇਟਲੀ ਕਰੀਏ। ਸੋ ਉਹ ਰਿਲੇਟ ਕਰ ਸਕਦੇ ਹਾਂ, ਭਾਵੇਂ ਅਸੀਂ ਘਰ ਬੈਠੇ ਹੋਏ ਹਾਂ, ਦਫ਼ਤਰ 'ਚ ਹੈਗੇ ਹਾਂ, ਕਿਸੇ ਸਟੂਡੀਓ 'ਚ ਕੰਮ ਕਰ ਰਹੇ ਹਾਂ ਜਾਂ ਜੋ ਵੀ ਕਰ ਰਹੇ ਹਾਂ, ਬਟ ਉਹ ਇਨ ਦ ਮੋਮੈਂਟ ਹੋਈਏ। ਸੋ ਉਹ ਸਾਰਾ ਕੁਛ ਅਸੀਂ ਜ਼ਰੂਰ ਨਵੰਬਰ ਦੇ ਮੰਥ ਵਿੱਚ ਸੈਲੀਬ੍ਰੇਟ ਕਰਦੇ ਕਰਦੇ ਸਿੱਖਾਂਗੇ ਇਕੱਠੇ ਹੋ ਕੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।